ਐਲੇ ਪ੍ਰਸਾਦ ਐਲੇ ਮਾਂ ਬਾਪੂ ਹੁਣ ਤੱਕ ਨਹੀਂ ਹੈ ਬੈਠੇ ਹੋਣਗੇ ਸੁਣ ਸਕੋਲ ਫਿਰ ਤੇ ਜ਼ਰੂਰ ਸ਼ਰਾਬ ਪੀ ਰਹੇ ਹੁਣ ਚੁੱਪ ਏਦਾਂ ਨਹੀਂ ਕਹੀਦਾ ਦੋਵਾਂ ਪਿੰਡਾਂ ਦੇ ਲੰਬਰਦਾਰਾਂ ਦੇ ਦੋਸਤ ਦੇ ਵਿੱਚ ਤ੍ਰੇੜ ਪਾਉਣ ਵਾਲਾ ਕੋਈ ਨਹੀਂ ਜੰਮਿਆ ਪਰ ਤ੍ਰੇੜ ਪਾਉਣ ਵਾਲਾ ਪੈਦਾ ਹੋ ਗਿਆ ਸੁਣ ਸ਼ਾਹ ਤੈਨੂੰ ਪਤਾ ਕੱਲ ਤੇਰੇ ਪਿੰਡ ਦੇ ਚੌਂਕ ਵਿੱਚ ਖੜਾ ਹੋ ਗਏ ਨੱਥੂ ਤੇਰੇ ਬਾਰੇ ਕੀ ਬਕਵਾਸ ਕਰ ਰਿਹਾ ਸੀ ਕੀ ਕਹਿੰਦਾ ਸੀ ਨੱਥੂ ਕਹਿੰਦਾ ਸੀ ਕਿ ਤੂੰ ਕੱਲੂ ਦੀ ਵਹੁਟੀ ਤੇ ਅੱਖ ਰੱਖਦਾ ਹੌਲੀ ਹੌਲੀ ਬੋਲ ਜੇ ਲੰਬਰਦਾਰਨੀ ਨੇ ਸੁਣ ਲਿਆ ਨਾ ਤਾਂ ਘਰ ਵਿੱਚ ਖਾਰੂ ਪਾਊ ਭਾਈ ਯਾਰ ਤੂੰ ਇਹੋ ਜਿਹੇ ਭੈੜੇ ਕੰਮ ਛੱਡ ਕਿਉਂ ਨਹੀਂ ਦਿੰਦਾ ਤੂੰ ਤਾਂ ਜਾਣਦਾ ਲੰਬਰਦਾਰ ਗੋਰਾ ਰੰਗ ਮੇਰੀ ਨਹੀਂ ਮੇਰੇ ਬਜ਼ੁਰਗਾਂ ਦੀ ਵੀ ਕਮਜ਼ੋਰੀ ਸੀ ਸੋਹਣੀ ਰੰਨ ਵੇਖ ਕੇ ਨਹੀਂ ਰਿਹਾ ਜਾਂਦਾ ਤੇ ਕੱਲੂ ਦੀ ਰੰਨ ਰਚ ਕੇ ਸੋਹਣੀ ਹੈ ਜੇ ਕਵੇਂ ਤੇ ਵਿਖਾਵਿਆ ਤੈਨੂੰ ਲੱਗਦਾ ਤੈਨੂੰ ਚੜ ਗਈ ਹੈ ਮੈਂ ਹੁਣ ਚੱਲਣਾ ਪਰ ਗੱਲ ਸੁਣ ਭੈੜਿਆਂ ਕੰਮਾਂ ਦੇ ਭੈੜੇ ਹੀ ਨਤੀਜੇ ਹੁੰਦੇ ਆ ਭੈੜੇ ਕੰਮ ਉਹ ਨਤੀਜਿਆਂ ਬਾਰੇ ਨਹੀਂ ਸੋਚੀਦਾ ਲੈ ਫੜ ਪੀ ਆਪਣਾ ਲੰਬੜਦਾਰ ਲੰਬੜਦਾਰ ਨਹੀਂ ਤੂੰ ਬੜਾ ਡਰਦਾ ਡਰਦਾ ਤਾਂ ਮੈਂ ਵੀ ਹਾਂ ਪਰ ਨਾ ਨਹੀਂ ਡਰਦਾ ਪਾਰੋ ਅੱਜ ਫੇਰ ਪੀ ਕੇ ਆਏ ਹੋ ਤੈਨੂੰ ਤੇ ਪਤਾ ਹੀ ਹੈ ਸੋਣ ਸ਼ਾਹ ਦੀਆਂ ਆਦਤਾਂ ਦਾ ਜਦੋਂ ਕਿਤੇ ਇਕੱਠੇ ਹੋ ਜਾਈਏ ਬਗੈਰ ਪੀਣ ਤੋਂ ਖਹਿੜਾ ਹੀ ਨਹੀਂ ਛੱਡਦਾ ਮੈਨੂੰ ਤੇ ਡਰ ਲੱਗਦਾ ਹੈ ਕਿਤੇ ਸੋਣ ਸ਼ਾਹ ਤੁਹਾਨੂੰ ਵੀ ਆਪਣੇ ਵਰਗਾ ਨਾ ਬਣਾ ਦੇ ਤੂੰ ਤੇ ਐਵੇਂ ਵਹਿਮ ਕਰੀ ਜਾਂਦੀ ਹੈ 20 ਵਰੇ ਹੋ ਗਏ ਨੇ ਸਾਡੇ ਭਾਈਚਾਰੇ ਨੂੰ ਅੱਜ ਤੱਕ ਉਹਦੀ ਕਿਸੇ ਵੀ ਭੈੜੀ ਆਦਤ ਦਾ ਅਸਰ ਹੋਇਆ ਮੇਰੇ ਤੇ ਦੱਸ ਹੋਇਆ ਹੋਇਆ ਕਿਉਂ ਨਹੀਂ ਇਹ ਜਿਹੜਾ ਜ਼ਹਿਰ ਪੀਤਾ ਹੋਇਆ ਹੈ ਨਾ ਇਹ ਸਾਰੀਆਂ ਬੁਰੀਆਂ ਆਦਤਾਂ ਦੀ ਜੜ੍ਹ ਹੈ ਗੱਲ ਤੇ ਫਿਰ ਤੇਰੀ ਸੌ ਅੱਜ ਤੋਂ ਬਾਅਦ ਕਦੇ ਸ਼ਰਾਬ ਨਹੀਂ ਪੀਵਾਂਗਾ ਲੈ ਕੰਨ ਫੜ ਦਾ ਬਾਪੂ ਬੇਬੇ ਦੇ ਨਹੀਂ ਆਪਣੇ ਕੰਨ ਫੜ ਆਪਣੇ ਓਏ ਓਏ ਧਰਮਿਆ ਬਦਮਾਸ਼ਾ ਤੂੰ ਹਾਲੇ ਤੱਕ ਸੁੱਤਾ ਨਹੀਂ ਮੈਂ ਕੀ ਸਾਰੇ ਹੀ ਜਾਗਦੇ ਨੇ ਸਾਰੇ ਜਾਗਦੇ ਨੇ ਆਹੋ ਤੇ ਫਿਰ ਜਾਗੋ ਮੈਂ ਸੌਣਾ ਓਹ ਸੰਭਲ ਕੇ ਪਾਪਾ ਓ ਪੁੱਤਰਾ ਆ ਜਾ ਲੈ ਪੀ ਪੀ ਪੁੱਤਰ ਨਹੀਂ ਪਹਿਲੇ ਹੀ ਪੀਏਗਾ ਕਿਉਂ ਨਹੀਂ ਪੀਵੇਗਾ ਇਹ ਜ਼ਰੂਰ ਪੀਏਗਾ ਇਹਦਾ ਪਿਓ ਵੀ ਪੀਏਗਾ ਖਬਰਦਾਰ ਜੇ ਤੂੰ ਪਿਓ ਪੁੱਤਰ ਦੀ ਗੱਲ ਵਿੱਚ ਬੋਲੀ ਪੁੱਤ ਲੰਬਰਾਂ ਦੇ ਖਾਨ ਬੱਕਰੇ ਤੇ ਪੀਣ ਸ਼ਰਾਬਾਂ ਓ ਜੀ ਓ ਪੁੱਤਰ ਜੀ ਤੇ ਪੀ ਸ਼ਾਬਾਸ਼ ਸ਼ਾਬਾਸ਼ ਸ਼ੇਰ ਦਿਆ ਪੁੱਤਾ ਰੱਬ ਦੇ ਵਾਸਤੇ ਇਹਨੂੰ ਨਾ ਪਿਲਾਓ ਤੁਸੀਂ ਕਿਉਂ ਇਹਨੂੰ ਵੀ ਵਿਗਾੜ ਰਹੇ ਹੋ ਲੱਗਦਾ ਹੈ ਇਹਨੂੰ ਵੀ ਤੁਸੀਂ ਆਪਣੇ ਵਰਗਾ ਹੀ ਬਣਾ ਕੇ ਛੱਡੋਗੇ ਜੇ ਮੇਰਾ ਪੁੱਤਰ ਮੇਰੇ ਵਰਗਾ ਨਹੀਂ ਬਣੇਗਾ ਤਾਂ ਕਿਹਦੇ ਵਰਗਾ ਬਣੇਗਾ ਤੂੰ ਤਾਂ ਐਵੇਂ ਚਿੰਤਾ ਕਰਦੀ ਰਹਿਣੀ ਹੈ ਨੰਬਰਦਾਰਨੀ ਹੈ ਓਏ ਲੰਬੜਾਂ ਦੇ ਪੁੱਤਰ ਖਾ ਪੀ ਕੇ ਜਵਾਨ ਹੁੰਦੇ ਨੇ ਇਹ ਗੱਲ ਹੈ ਤੇ ਮੈਂ ਇਹਨੂੰ ਇੱਥੇ ਨਹੀਂ ਰਹਿਣ ਦਿਆਂਗੀ ਰਣਜੀਤ ਨੂੰ ਇਹਦੇ ਮਾਮੇ ਦੇ ਕੋਲ ਵਿਲਾਇ ਭੇਜ ਦਿਆਂਗੀ ਜਿੱਥੇ ਮਰਜ਼ੀ ਉਹ ਭੇਜ ਦੇ ਪੁੱਤਰ ਤਾਂ ਮੇਰਾ ਹੈ ਇਹ ਮੇਰਾ ਖੂਨ ਹੈ
ਤੇ ਮੁਲਕ ਜਾਂ ਥਾਂ ਬਦਲਣ ਨਾਲ ਸੋਨੇ ਬਦਲ ਜਾਂਦਾ ਕਮਲੀਏ। ਲੰਬੜਦਾਰਨੀ ਆਰਾਮ ਰੱਖੇ ਨੂੰ ਕਿੰਨੇ ਦਿਨਾਂ ਵਾਸਤੇ ਕੱਲਿਆ? ਕੰਮ ਦਾ ਬੜਾ ਹਰਜ਼ ਹੋ ਰਿਹਾ। ਮੁਕਲਾਵਾ ਲੈਣ ਗਿਆ, ਆ ਜਾਏਗਾ ਅੱਜਕੱਲ ਵਿੱਚ। ਚੰਗਾ, ਮੈਂ ਜ਼ਰਾ ਪੈਲੀਆਂ ਵੱਲ ਫੇਰਾ ਮਾਰਾਂ ਵਾ। ਓ ਲੰਬੜਦਾਰਾ, ਸੁਣਾ ਫਿਰ, ਸਾਡੇ ਪਿੰਡ ਆਉਣ ਦਾ ਵਿਚਾਰ ਕਿਸ ਤਰ੍ਹਾਂ ਹੋਇਆ? ਉਹ ਮੁੰਡੇ ਨੂੰ ਦਿੱਲੀ ਜਾਜੇ ਚੜਾਉਣ ਗਿਆ ਸੀ, ਆਪਣੇ ਰਣਜੀਤ ਨੂੰ ਉਹਦੇ ਮਾਮੇ ਕੋਲ ਵਲੈਤ ਕਰ ਦਿੱਤਾ। ਆਖਰ ਮੰਨਣੀ ਪੈ ਗਈ ਨਾ ਲੰਬੜਦਾਰੀ ਦੀ ਗੱਲ। ਦੱਸ ਕੀ ਪੀਏਗਾ, ਲੱਸੀ ਮੰਗਵਾਵਾਂ? ਉਹ ਛੱਡ ਯਾਰ, ਲੱਸੀ ਵੀ ਕੋਈ ਪੀਣ ਵਾਲੀ ਚੀਜ਼ ਹੈ? ਜਿਹੜੀ ਸਾਡੇ ਪੀਣ ਵਾਲੀ ਚੀਜ਼ ਹੈ ਉਹ ਤੂੰ ਲੰਬੜਦਾਰੀ ਤੋਂ ਡਰਦਾ ਮੰਗਵਾ ਨਹੀਂ ਸਕਦਾ। ਆ ਜੀ ਪਿੰਡ, ਜਸ਼ਨ ਮਨਾਵਾਂਗੇ ਉੱਥੇ ਹੀ। ਸੁਣਾ ਵੀ ਰੱਖਿਆ, ਲੈ ਆ ਮੁਕਲਾਵਾ, ਜਿਉਂਦਾ ਰਹਿ। ਇੱਧਰ ਵੀ ਪੈਰੀ ਪੈਣਾ ਜੀ, ਚੱਲ ਜੁਗ ਜੁਗ ਜੀਓ। ਲੰਬੜਦਾਰ ਜੀ, ਰੱਖਾ ਸਾਡਾ ਕੰਮ ਆ ਨਹੀਂ, ਕਰਦਾ ਜੀਏ ਤੇ ਕੁੜੀ ਸਾਡੀ ਨੂੰਹਾਂ ਵਰਗੀ ਏ। ਲੰਬੜਦਾਰ ਦੀ ਕਿਰਪਾ ਨਾਲ ਤੂੰ ਤਾਂ ਮੈਨੂੰ ਮਿਲ ਗਈ ਹੈ। ਹੁਣ ਮੇਰਾ ਜੀ ਕਰਦਾ ਹੈ ਸਾਡਾ ਇੱਕ ਛੋਟਾ ਜਿਹਾ ਘਰ ਹੋਵੇ ਤੇ ਇੱਕ ਛੋਟਾ ਜਿਹਾ ਕਾਕਾ ਵੀ। ਪਰ ਹਟੋ, ਕੋਈ ਵੇਖ ਲੇਗਾ? ਉਹ ਵੇਖਦਾ ਹੈ ਤਾਂ ਵੇਖਣ ਦੇ, ਮੈਂ ਤੈਨੂੰ ਵਿਆਹ ਕੇ ਲਿਆ, ਪਿਆ ਕੇ ਨਹੀਂ, ਚੱਲੀ ਨਾ ਹੋਵੇ ਤੇ। ਕੀ ਕਰਦੇ ਹੋ? ਲੰਬੜਦਾਰ ਜੀ, ਉਹ ਕੀ ਗੱਲ ਹੈ? ਰੱਖੇ ਦੀ ਬੋਲਟ ਨੇ ਖੂਹ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ? ਰੱਖਿਆ, ਇਹਨੇ ਖੁਦਕੁਸ਼ੀ ਕਿਉਂ ਕਰ ਲਈ? ਮਰਨ ਵੇਲੇ ਇਹਦੀ ਜ਼ੁਬਾਨ ਤੇ ਸੋਨ ਸ਼ਾਹ ਦਾ ਨਾਂ ਸੀ। ਓਏ, ਸਾਫ ਸਾਫ ਕਿਉਂ ਨਹੀਂ ਕਹਿੰਦਾ ਕਿ ਸੋਨ ਸ਼ਾਹ ਨੂੰ ਤੂੰ ਆਪਣੀ ਅੱਖੀ ਦੇਖਿਆ? ਬੇਚਾਰੀ ਕੀ ਕਰਦੀ, ਨਮੋਸ਼ੀ ਬਿਮਾਰੀ ਨੇ ਖੁਦਕੁਸ਼ੀ ਕਰ ਲਈ। ਲੰਬੜਦਾਰਾ, ਹੁਣ ਤਾਂ ਤੈਨੂੰ ਆਪਣੀ ਯਾਰ ਦੀ ਬਚਨ ਨੇ ਯਕੀਨ ਆਇਆ? ਸੱਤ ਘਰ ਤਾਂ ਡੈਣ ਵੀ ਛੱਡ ਲੈਂਦੀ ਏ, ਉਹਨੇ ਤਾਂ ਤੇਰਾ ਘਰ ਵੀ ਨਾ ਛੱਡਿਆ। ਜਿਹਨੂੰ ਤੂੰ ਆਪਣਾ ਵੱਡਾ ਯਾਰ ਸਮਝਦਾ ਸਾ, ਉਹੀ ਤੇਰਾ ਦੁਸ਼ਮਣ ਨਿਕਲਿਆ। ਦੁਸ਼ਮਣ ਸੋਨ ਸ਼ਾਹ! ਆ ਲੰਬੜਾ, ਆ ਜਾ ਆ ਜਾ ਲੰਬੜਦਾਰਾ, ਆ ਜਾ, ਬਣਾ ਸਾਡੇ ਯਾਰ ਵਾਸਤੇ ਇੱਕ ਭੈਣ। ਪੜੇ ਲਾ ਲੰਬੜਦਾਰ ਜੀ। ਸੋਨ ਸ਼ਾਹ, ਸੱਤ ਘਰ ਤਾਂ ਡੈਣ ਵਿੱਚ ਛੱਡ ਲੈਂਦੀ ਏ, ਉਹ ਤੂੰ ਯਾਰ ਹੋ ਕੇ ਮੇਰੇ ਹੀ ਘਰ ਡਾਕਾ ਮਾਰਿਆ? ਡਾਕਾ? ਕਿਹੜਾ ਡਾਕਾ? ਤੂੰ ਰਾਮ ਰੱਖੇ ਦੀ ਵਹੁਟੀ ਦੀ ਪਤ ਲੁੱਟੀ ਤੇ ਉਸ ਨਮੋਸ਼ੀ ਦੀ ਮਾਰੀ ਨੇ ਖੁਦਕੁਸ਼ੀ ਕਰ ਲਈ। ਓਏ ਕਮੀਨਿਆ, ਤੂੰ ਤੇ ਜਾਣਦਾ ਸੀ ਕਿ ਮੈਂ ਉਸਨੂੰ ਆਪਣੀ ਨੂੰਹ ਸਮਝਦਾ ਸੀ। ਨੂੰਹ ਸਮਝਦਾ ਸੀ? ਲੈ, ਸਾਡੇ ਵੱਲੋਂ ਆਪਣੀ ਨੂੰਹ ਦੀ ਲਾਸ਼ ਤੇ ਇੱਕ ਕਫਨ ਪਾ ਦੇ, ਪਾ ਦੇ ਕਫਨ। ਕਫਨ ਪਾ ਦੇ।
ਵਾਰਦਾਤ ਤੇ ਗਵਾਹਾਂ ਦੇ ਬਿਆਨਾਂ ਦੇ ਮੁਤਾਬਕ ਦਇਆ ਰਾਮ ਵਲਦ ਖੁਸ਼ੀ ਰਾਮ ਤੇ ਸੋਹਣ ਸ਼ਾਹ ਵਲਦ ਕਿਸ਼ਨ ਸ਼ਾਹ ਦੇ ਕਤਲ ਦਾ ਜੁਰਮ ਸਾਬਿਤ ਹੁੰਦਾ ਹੈ। ਜ਼ੇਰੇ ਦਫਾ 302 ਤਾਜ਼ਰਾਤ ਹਿੰਦ ਦੇ ਅਧੀਨ ਦਇਆ ਰਾਮ ਵਲਦ ਖੁਸ਼ੀ ਰਾਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਮਾਂ ਮੈਂ ਠੀਕ ਹਾਂ ਪੁੱਤ, ਜਾ। ਮੈਂ ਠੀਕ ਹਾਂ। ਕਰਮਾ ਪਤਾ ਨੀ ਮਾਂ ਬੇਹੋਸ਼ ਹੋ ਗਈ। ਬੇਹੋਸ਼ ਹੋ ਗਈ, ਲੈ ਚਲੋ। ਜੋਤੀ ਮਾਂ, ਧਰਮਾ ਕਰਮਾ ਦੇਖ, ਮਾਂ ਦੀ ਦੁਆ ਦੇ ਨਾਲ ਸਭ ਠੀਕ ਹੋ ਗਿਆ। ਧੰਨ ਦੇਵੀ ਮਾਂ, ਤੂੰ ਲੰਬੜਦਾਰੀ ਨੂੰ ਬਚਾ ਲਿਆ। ਦੇਵੀ ਮਾਂ ਲੰਬੜਦਾਰੀ ਨੂੰ ਬਚਾ ਲਿਆ। ਧੰਨ ਧੰਨ ਚਾਚਾ। ਚਾਚਾ ਮਾਂ ਨੂੰ ਕਰਦਾ ਸਾਰਾ ਕੰਮ ਕੱਲਿਆ ਕਰਨਾ ਪੈਂਦਾ ਹੈ। ਮੇਰੇ ਕੋਲ ਮਾਂ ਦੀ ਹਾਲਤ ਵੇਖੀ ਨਹੀਂ ਜਾਂਦੀ। ਚਾਚਾ ਮੈਂ ਕੋਈ ਕੰਮ ਨਹੀਂ ਕਰ ਸਕਦਾ। ਕਿਉਂ ਨਹੀਂ, ਤੂੰ ਮੇਰੇ ਨਾਲ ਚੱਲਿਆ ਕਰ, ਮੈਂ ਤੈਨੂੰ ਟਰੱਕ ਚਲਾਉਣਾ ਸਿਖਾ ਦਿਆਂਗਾ। ਸਰ ਚਾਚਾ ਮੈਂ ਮਾਂ ਨੂੰ ਦੱਸਣੇ ਆਉਣਾ ਹੈ। ਜਾ ਛੇਤੀ ਆਈ। ਮਾਂ 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 ਮਾਂ, ਚਾਚਾ ਨੇ ਮੈਨੂੰ ਆਪਣੇ ਨਾਲ ਟਰੱਕ ਵਿੱਚ ਕੰਮ ਕਰਨ ਲਈ ਲੱਗ ਲਿੱਤਾ ਹੈ। ਧਰਮਾ ਮਾਂ, ਹੁਣ ਤੂੰ ਫਿਕਰ ਨਾ ਕਰ ਮਾਂ, ਦੋ ਪੁੱਤਰਾਂ ਦੇ ਹੁੰਦੇ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ। ਮੈਂ ਟਰੱਕ ਵਿੱਚ ਕੰਮ ਕਰਾਂਗਾ, ਕਰਮਾ ਖੇਤਾਂ ਚ ਮੈਂ ਜਾਵਾਂ। ਮਾਂ ਤੂੰ ਵੀ ਜਾ ਰਿਹਾ ਪੁੱਤ, ਛੇਤੀ ਵਾਪਸ ਆ ਜਾਈ। ਹੁਣ ਮੈਨੂੰ ਇਹ ਘਰ ਬੜਾ ਸੁੰਨਾ ਲੱਗਦਾ ਹੈ।
ਤੋਤਿਆ ਜ਼ਰਾ ਤੇਲ ਪਾਣੀ ਚੈੱਕ ਕਰ ਲਓ। ਮੈਂ ਕਿਹਾ ਜੀ ਕਿਹਦਾ ਤੇਲ ਪਾਣੀ ਚੈੱਕ ਕਰਨਾ? ਉਹ ਸਾਰਾ ਟਰੱਕ ਦਾ, ਹੋਰ ਕਿਹਦਾ? ਤੇ ਤੁਸੀਂ ਕਿੱਥੇ ਚੱਲੇ ਹੋ ਜੀ? ਮੈਂ ਜ਼ਰਾ ਆਪਣਾ ਕਰ ਲਵਾਂ। ਵੱਡਾ ਭਾਈ ਬਾਲਾ ਕਰਨਾ, ਉਹ ਤੋਤਿਆ ਤੇ ਤੇਲ ਪਾਣੀ ਚੈੱਕ ਕਰ ਲਵੇ। ਮੈਂ ਕਿੱਦਾਂ ਕਰਾਂ? ਤੂੰ ਸਾਰਾ ਡਿਸਮਿਸ ਹੋ ਜਾਏਗਾ, ਮੈਂ ਐਸਾ ਕੋਈ ਕੰਮ ਨਹੀਂ ਕਰਦਾਗਾ। ਨਹੀਂ ਨਹੀਂ, ਤੂੰ ਚੱਲ ਪਿਆ, ਮੈਂ ਸਿਖਾਵਾਂ। ਚੱਲ ਕਿੱਥੇ ਮੂੰਹ? ਉਈ ਉਈ, ਓਹ ਟਾਇਰ ਪੈਂਚਰ ਹੋ ਗਿਆ ਮੈਮ ਸਾਹਿਬ। ਹਾਂ, ਬਦਲੀ ਕਰ ਦਿਆਂ? ਜੈਕ ਤੇ ਮੇਰੇ ਕੋਲ ਹੈ ਨਹੀਂ। ਚੈੱਕ ਤਾਂ ਮੇਰੇ ਕੋਲ ਹੈ, ਆਓ ਦਿਆਂ, ਆਓ ਆਓ ਆਓ। ਸ਼ੋਰ ਨਹੀਂ, ਚੁੱਪ ਚਾਪ ਸਾਰੇ ਜ਼ੇਵਰ ਲਾ ਦੇ, ਨਹੀਂ ਤੇ ਬਸ ਕਰ, ਨਾਲ ਹੀ ਬਾਸੀਆਂ ਲੈਣ ਲੱਗ ਜਾਂਦਾ। ਉਹ ਮੈਂ ਕਿਹਾ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਆਇਲ ਪਾਣੀ ਚੱਕੀ ਤੈਨੂੰ, ਤੇ ਭਾਜੀ ਦਾ ਹਾਲੇ ਆਇਲ ਪਾਣੀ ਚੱਕ ਨੀ ਹੋਇਆ। ਆ ਚੱਲ ਭਲਾ ਦੇਖੀਏ। ਚੱਲੀਏ। ਹਾਂ ਚੱਲ ਤੋਰਾ। ਬੱਚੇ
ਭੈਣ ਕੋਲ ਮਾਫੀ। ਭੈਣ ਜੀ ਸਾਨੂੰ ਮਾਫ ਕਰ ਦਿਓ। ਉਹ ਤੁਸੀਂ ਨਹੀਂ ਹੋਏ, ਇਹਨੇ ਮੰਗਣੀ ਹੈ ਮਾਫੀ। ਮੈਨੂੰ ਮਾਫ ਕਰ ਦਿਓ ਭੈਣ ਜੀ। ਕੀ ਗੱਲ ਹੈ ਬਦਮਾਸ਼? ਮੇਰੀ ਗੱਡੀ ਦਾ ਟਾਇਰ ਪੰਕਚਰ ਹੋ ਗਿਆ ਸੀ। ਉਹ ਟਾਇਰ ਅਸੀਂ ਬਦਲੀ ਕਰ ਦਿਆਂਗੇ। ਕੋਈ ਗੱਲ ਨਹੀਂ ਜੀ, ਟਾਇਰ ਦੀ ਗੱਲ ਹੀ ਕੋਈ ਨਹੀਂ। ਇਹ ਤਾਂ ਖਾਸਾ ਪੈਂਚਰ ਹੋਇਆ ਪਿਆ, ਸਾਰੀ ਹਵਾ ਨਿਕਲ ਗਈ ਇਹ ਤਾਂ। ਭਾਜੀ ਮੈਂ ਟਰੱਕ ਤੋਂ ਚੈੱਕ ਲੈ ਕੇ ਆਉਣਾ। ਉਹ ਰਹਿਣ ਦੇ, ਅੰਗਰੇਜ਼ੀ ਸਾਬਣਦਾਨੀ ਥੱਲੇ ਟਰੱਕ ਦਾ ਚੈੱਕ ਕਿਸ ਤਰ੍ਹਾਂ ਦੇਵੇਂਗਾ? ਤੂੰ ਜਾ ਕੇ ਪਾਨਾ ਲਿਆ, ਮੈਂ ਇਹਨੂੰ ਚੁੱਕਣ ਦਾ ਬੰਦੋਬਸਤ ਕਰਦਾ। ਅੱਛਾ, ਜਾਂ ਪਾਨਾ ਲੈ ਕੇ ਆਓ। ਜਾਂ ਪਾਨਾ ਲੈ ਗਿਆ, ਅੱਗੇ ਆਰਡਰ ਕਰ ਦੂੰ ਸਾਲਾ। ਟਾਇਰ ਬਦਲੀ। ਆਪ? ਮੇਰਾ ਨਾਮ ਧਰਮਾ, ਟਰੱਕ ਡਰਾਈਵਰ। ਮੇਰਾ ਨਾਮ ਆਸ਼ਾ ਹੈ, ਮੈਂ ਚੰਡੀਗੜ੍ਹ 'ਚ ਰਹਿਣੀ ਆ, ਕੋਠੀ ਨੰਬਰ 4 ਸੈਕਟਰ ਨੰਬਰ 22। ਕਦੇ ਆਓ ਤਾਂ ਜ਼ਰੂਰ ਮਿਲਣਾ। ਅੱਛਾ, ਯੂ ਆਰ ਰੀਅਲੀ ਗ੍ਰੇਟ ਮੈਨ ਜੀ। ਯੈਸ, ਯੂ ਆਰ ਰੀਅਲੀ ਗ੍ਰੇਟ ਮੈਨ। ਥੈਂਕ ਯੂ। ਧਰਮਾ ਨੂੰ ਕੀ ਹੋਇਆ? ਬਸ ਸਾਡਾ ਉਸਤਾਦ ਇੱਥੋਂ ਹੀ ਮਾਰ ਖਾ ਗਿਆ। ਜੇ ਅਸੀਂ ਬੇਹੋਸ਼ ਹੋ ਜਾਈਏ ਤਾਂ ਜ਼ਿੰਮੇਵਾਰਾ ਹੈ। ਸਾਡੀ ਪੱਪੀ ਲੈ ਕੇ ਦੇਖੋ। ਅੱਛਾ, ਪੱਪ ਭੱਜ ਗਿਆ। ਮਨੀਮ ਜੀ, ਇਹ ਕੀ 30 ਬੋਰੀਆਂ ਮਾਲ ਤੇ ਪੈਸੇ 20 ਬੋਰੀਆਂ ਦੇ? ਓਏ ਆਹੋ, ਜਿਹੜੇ 10 ਬੋਰੀਆਂ ਵਿੱਚੋਂ ਰੋਡ ਨਿਕਲੇ ਆ ਉਹਦੇ ਪੈਸੇ ਕਾਹਦੇ? ਇਹ ਤਾਂ ਸਿਰ ਅਸੀਂ ਬੇਈਮਾਨੀ ਹੈ ਕੀ? ਓਏ ਤੂੰ ਮੈਨੂੰ ਬੇਈਮਾਨ ਲਾਲਾ, ਹਾਏ ਹੱਥ ਪਿੱਛੇ ਰੱਖ ਕੇ ਗੱਲ ਕਰ। ਤੂੰ ਕੌਣ ਹੁੰਦਾ? ਤੇਰਾ ਬਾਪ। ਹਾਏ, ਮੇਰਾ ਨਾਮ ਕਰਮੂ ਆ। ਲਾਲਾ, ਤੂੰ ਇਸ ਇਲਾਕੇ 'ਚ ਨਵਾਂ ਆਇਆ ਲੱਗਦਾ, ਇਹਦੇ ਪੈਸੇ ਇਹਨੂੰ ਪੂਰੇ ਦੇ ਦੇ। ਦੇ ਪੈਸੇ ਪੂਰੇ ਉਹਨੂੰ। ਮੈਨੂੰ ਤਾਂ ਛੱਡ, ਮੂਰਤੀ ਮਨਜੀਤ ਪ੍ਰੇਮ ਆ ਜਾ। ਤੂੰ ਕਰ ਨੂੰ ਜਾ ਮੈਂ ਵਾਲੇ ਦੀ। ਚੰਗਾ, ਫੜ ਲਓ ਫੜ ਲਓ ਗੁੱਡਾ। ਲਾਲਾ, ਚੱਲਿਆ ਕਿੱਥੇ ਆ? ਲਾਲਾ, ਹੁਣ ਚੱਲਿਆ ਕਿੱਥੇ ਆ? ਹੋਰ ਬਲਾ ਗੁੰਡੇ, ਗਲਤੀ ਹੋ ਗਈ, ਗਲਤੀ ਹੋ ਗਈ।
ਪੈਸੇ ਕੱਢ। ਕਿੰਨੀਆਂ ਬੋਰੀਆਂ ਸੀ? 35 ਕੀ 37 ਗਿਲੋ ਗਿਲੋ ਪੂਰੇ 800 ਬਣ ਦਿਆ। ਹਲ ਫਿਰ ਕਰੇਗਾ ਹੈਰਾ ਫਿਰ? ਕਦੇ ਨਹੀਂ ਨਹੀਂ ਕਰਕੇ ਦੇਖੀ। ਤੋਬਾ 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 ਸਾਲਾ ਹੈਰਾ ਫੇਰੀ। ਜੋਤੀ ਜੋਤੀ ਅਜੇ ਤੱਕ ਸੁੱਤੀ ਪਈ ਹੈ? ਕਾਲਜ ਨਹੀਂ ਜਾਣਾ ਤੂੰ? ਲੈ ਚਾਹ ਪੀ ਲੈ ਔਰ ਤਿਆਰ ਹੋ ਜਾ, ਤੇਰੇ ਵੀਰ ਆਉਂਦੇ ਹੀ ਹੋਣਗੇ। ਆਉਂਦੇ ਨਹੀਂ ਮਾਂ, ਆ ਗਿਆ। ਜਿਉਂਦੇ ਰਹੋ ਪੁੱਤਰ। ਲੈ ਮਾਂ ਕਲਕੱਤੇ ਦੇ ਫਿਰੇ ਦੇ ਪੈਸੇ। ਇਹ ਕੀ ਵੀਰਾ, ਸਾਰੇ ਪੈਸੇ ਮਾਂ ਨੂੰ ਦੇਣਾ, ਮੈਨੂੰ ਦਿੰਦੇ ਹੀ ਨਹੀਂ। ਤੂੰ ਸਿਰ ਮਾਰਨੇ ਪੈਸੇ ਸੋਤਿਆ ਖੋਤਿਆ। ਲੈ ਚਲ ਚਲ ਗਈ ਚੰਨੀ ਜੀ। ਚਾਚਾ ਜੀ ਦਾ ਖਿਆਲ ਹੈ? ਚੰਗਾ ਹੈ, ਲੱਭਦੇ ਫਿਰਦੇ ਹੋਣਗੇ ਮੈਨੂੰ ਕਿਧਰੇ। ਹਾਂ ਕਰਮਾ ਕਿੱਥੇ ਆ? ਕਰਮੂ ਇੱਥੇ ਆ ਵੀਰ। ਵੀਰ ਸਫ਼ਰ ਕਿੱਦਾਂ ਰਿਹਾ? ਠੀਕ ਰਿਹਾ ਮਾਂ, ਆਲਾ ਫਸਲ ਦੀ ਕਮਾਈ। ਵੀਰ ਇਹ ਕੌਣ? ਇਹ ਮੇਰਾ ਕਲੀਨਰ ਆ ਨਵਾਂ, ਖੋਤਾ ਰਾਮ। ਉਹ ਤਾਂ ਸ਼ਕਲ ਤੋਂ ਦਿਸਦਾ। ਚੰਨੀ ਅਰੇ ਉਹ ਚੰਨੀਏ। ਚਾਚਾ ਧਰਮਾ ਕਦੋਂ ਆਇਆ ਤੂੰ? ਹੁਣੇ ਆ ਚਾਚਾ। ਅੱਛਾ ਉਹ ਚੰਨੀ ਤਾਂ ਨਹੀਂ ਆਇਆ ਇੱਥੇ? ਚੰਨੀ ਅੰਦਰ ਜੋਤੀ ਕੋਲ ਬੈਠੀ ਹੈ। ਸਾਰਾ ਦਿਨ ਜੋਤੀ ਜੋਤੀ ਬੜਾ ਪਿਆਰ ਹੈ ਇਨ ਦੋਨੋਂ ਦੇ ਵਿੱਚ। ਹੋਵੇ ਵੀ ਕਿਉਂ ਨਾ, ਬਚਪਨ ਦੀਆਂ ਸਹੇਲੀਆਂ ਨਾ ਇਸ ਕਰਕੇ। ਮਾਂ ਚੱਲ ਜੋਤੀ ਨੂੰ ਛੱਡਾਂ ਮੈਂ ਬੱਸ ਸਟੈਂਡ। ਆ ਚਾਚਾ ਬੈਠ। ਖੋਤਿਆ ਜ਼ਿਆਦਾ ਗੱਡੀ ਸਾਫ਼ ਕਰ। ਪਾਪਾ ਜੀ ਆਪਾਂ ਚਾਹ ਪੀ ਲੈਂਦੇ ਨਹੀਂ? ਫੇਰ ਚਾਹੀ ਕਿਤੇ ਚੱਲੀ ਆ? ਮੈਂ ਗੱਡੀ 'ਚ ਬੈਠਾ ਜੇ। ਚੰਗਾ ਪੁੱਤ ਜਾਂਦੀ ਚਿੱਠੀ ਪਾਏ। ਓ ਬੇਬੇ ਤੋਰਨ ਆਪਣੇ ਖਿਆਲ ਰੱਖੀ ਨਾ, ਬਸ ਨਿਕਲ ਜੂਗੀ। ਚੰਗਾ ਮਾਂ ਚੱਲ ਆ ਬੈਠ। ਚੱਲ ਬਾਏ। ਚੰਗਾ ਬੇਬੇ। ਮੈਂ ਕਿਤੇ ਨਹੀਂ ਕਿਤੇ ਨਹੀਂ, ਗੁਆਂਢੀਆਂ ਨੂੰ ਮਿਲਣ ਚਲਿਆ ਸੀ। ਅੱਛਾ ਤੇ ਮੇਰਾ ਬਾਪੂ ਮਿਲਣ ਗਿਲਣ ਚਲਿਆ ਸੀ? ਤੇ ਮੇਰਾ ਖਿਆਲ ਹੈ ਮਿਲਣ ਗਿਲਣ ਵਾਲਿਆਂ ਨੂੰ ਛਿੱਲਣਾ ਛਿੱਲਣਾ ਵੀ ਪੈਂਦਾ। ਨਹੀਂ ਨਹੀਂ ਛਿੱਲਣਾ ਛਿੱਲਣਾ ਕਾਹਦੇ ਲਈ? ਤੇ ਫੇਰ ਬਾਪੂ ਇਹ ਕਾਹਦੇ ਲਈ? ਹਾਂ ਬੁੱਢੀ ਦਾਤੂ ਮੈਨੂੰ ਦੇ ਦੇ। ਨਹੀਂ ਦੇਖ, ਨਹੀਂ ਤੇ ਮੇਰੇ ਤੇ ਬੁਰਾ ਕੋਈ ਨਹੀਂ ਹੋਗਾ। ਇਹੀ ਨਾ ਆਖਿਰ ਬਾਤ ਸੁਣ ਲੈ ਬਾਪੂ, ਜੇ ਤੂੰ ਕੰਮ ਤੇ ਜਾਏਗਾ ਨਾ ਤੇ ਮੇਰੀ ਮੂਹੀ ਦਾ ਮੂੰਹ ਵੇਖੇਗਾ। ਖਾ ਮੇਰੀ ਸੌ। ਇਸ ਉਮਰ ਚ ਕਾਹਨੂੰ ਸ਼ਰਮਿੰਦਾ ਕਰਨੀ ਹੈ ਦੀ? ਮੈਨੂੰ ਧੀਏ ਨਾ ਹੱਕ ਬਾਪੂ, ਮੈਂ ਤੇਰਾ ਪੁੱਤ ਹਾਂ ਜੋ ਤੂੰ ਹਮੇਸ਼ਾ ਮੈਨੂੰ ਪਿਆਰ ਨਾਲ ਕਹਿਣਾ ਹੈ। ਬਾਪੂ ਕੰਨ ਖੋਲ ਕੇ ਸੁਣ ਲੈ, ਤੇਰੀ ਆ ਗੁੱਡੀ ਕੋਈ ਖੇਡਣ ਵਾਲੀ ਗੁੱਡੀ ਨਹੀਂ ਹੈ। ਇਹ ਗੁੱਡੀ ਕਈ ਗੁੰਡਿਆਂ ਦਾ ਮੁਕਾਬਲਾ ਕਰ ਸਕਦੀ ਹੈ। ਅਰੇ ਬਾਪੂ ਕਿਹਦੀ ਮਜਾਲ ਹੈ ਕਿ ਕੋਈ ਤੇਰੀ ਗੁੱਡੀ ਵੱਲ ਅੱਖ ਚੁੱਕੇ? ਮੈਂ ਅੱਖ ਕੱਢ ਲਾਂਗੀ। ਅਰੇ ਬਾਪੂ ਕਿਹਦੀ ਮਜਾਲ ਹੈ ਕਿ ਕੋਈ ਤੇਰੀ ਗੁੱਡੀ ਤੇ ਹੱਥ ਚੁੱਕੇ? ਮੈਂ ਹੱਥ ਮਰੋੜ ਦਿਆਂਗੀ। ਓ ਛੜਿਆ, ਓਏ ਕਿਹਨੇ ਮੈਨੂੰ ਗਾਲ ਕੱਢੀ ਹੈ? ਸਾਲੇ ਰੂੜੀਆਂ ਤੇ ਖੁੰਮਾ ਮੂੰਹ ਜੰਮ ਕੇ ਇੱਥੇ ਆ ਜਾਂਦੇ ਆ, ਗੱਲ ਕਰਦੀ ਤਰਮੀਜ਼ ਨਹੀਂ। ਕਿਉਂ ਤੂੰ ਮੈਨੂੰ ਗਾਲ ਕੱਢੀ ਹੈ? ਗਾਲ ਕੱਢੀ ਹੈ? ਓਏ ਮੈਂ ਤੇ ਤੈਨੂੰ ਛੜਾ ਕਿਹਾ, ਮੈਂ ਕੀ ਕਹਿੰਦਾ?
ਤੇ ਛੇ ਛੜਾ ਗਾਲ ਹੀ ਤਾਂ ਹੋਰ ਕੀ ਹੈ ਗਾਲ ਹਾਂ ਓਏ ਗਾਲ ਕਿੱਥੋਂ ਹੋ ਗਈ ਮੈਂ ਤੇ ਉਹਨੂੰ ਛੜਾ ਕਿਹਾ ਬਈ ਕਮਾਲ ਹੈ ਮੈਂ ਛੜਾ ਨਹੀਂ ਹਾਂ ਮੈਂ ਕੁਆਰਾ ਹੈ ਕੁਆਰਾ ਹਾਂ ਉਹ ਛੜੇ ਤੇ ਕੁਆਰੇ ਚ ਫਰਕ ਕੀ ਹੁੰਦਾ ਹੈ ਨਾ ਕੀ ਕਹਿੰਦਾ ਮੈਂ ਕੁਆਰਾ ਹੈ ਓਹੋ ਪਰ ਦੋਵਾਂ ਚ ਫਰਕ ਤਾਂ ਦੱਸ ਉਹ ਛੜਾ ਤਾਂ ਉਹ ਹੁੰਦਾ ਹੈ ਜਿਹਨੂੰ ਵਿਆਹ ਦੀ ਕੋਈ ਆਸ ਨਾ ਰਹੇ ਤੇ ਕੁਆਰਾ ਕੁਆਰੇ ਨੂੰ ਤਾਂ ਹਮੇਸ਼ਾ ਹੀ ਆਸ ਹੁੰਦੀ ਹੈ ਜਦੋਂ ਮਰਜ਼ੀ ਵਿਆਹ ਹੋ ਸਕਦਾ ਹੈ ਪਰ ਸੜਾ ਤੂੰ ਤਾਂ ਛੜਾ ਓਏ ਸਾਡੀ ਗੱਲ ਕੁਝ ਨਾ ਪੁੱਛ ਸਾਡੀ ਤਾਂ ਬੇਬੇ ਨੇ ਸਾਡਾ ਵਿਆਹ ਨਹੀਂ ਹੋਣ ਦਿੱਤਾ ਮੈਂ ਕੀ ਕਹਿੰਦਾ ਉਹ ਬੇਬੇ ਤੇਰਾ ਵਿਆਹ ਨਹੀਂ ਹੋਣ ਦਿੰਦੀ ਇਹ ਕੀ ਗੱਲ ਹੋ ਗਈ ਯਾਰ ਗੱਲ ਹੋਈ ਐਵੇਂ ਵੀ ਸਾਡੇ ਗੁਆਂਢ ਹੋਇਆ ਕਿਸੇ ਦਾ ਵਿਆਹ ਉੱਥੋਂ ਆਇਆ ਲੱਡੂਆਂ ਦਾ ਥਾਲ ਮੈਂ ਲੱਗਾ ਲੱਡੂ ਖਾਣ ਤੇ ਬੇਬੇ ਕਹਿੰਦੀ ਜਿਹੜਾ ਤੂੰ ਕਦਾ ਖਾਣਾ ਖਾਲਾ ਬਾਕੀ ਰਹਿਣ ਦੇ ਆਏਗੇ ਵਾਸਤੇ ਫੇਰ ਸਾਡੇ ਗੁਆਂਢ ਹੋਈ ਕਿਸੇ ਦੀ ਕੜਮਾਈ ਉੱਥੋਂ ਆਇਆ ਪੂੜੀਆਂ ਦਾ ਥਾਲ ਮੈਂ ਲੱਗਾ ਪੂੜੀ ਖਾਣ ਤੇ ਬੇਬੇ ਕਹਿੰਦੀ ਜਿਹੜੀ ਕਦੀ ਪੂੜੀ ਖਾਣੀ ਖਾਲਾ ਬਾਕੀ ਰਹਿਣ ਦੇ ਆਏਗੇ ਵਾਸਤੇ ਫੇਰ ਮੈਨੂੰ ਕੁੜੀ ਵੇਖਣ ਵਾਲੇ ਆਏ ਬੇਬੇ ਕਹਿੰਦੀ ਵਿਆਹ ਕਰਾ ਮੈਂ ਕਿਹਾ ਮੈਂ ਤੇ ਨੀ ਕਰਾਉਂਦਾ ਕਹਿੰਦੀ ਕਿਉਂ ਮੈਂ ਕਿਹਾ ਮੇਰਾ ਹੋਊ ਵਿਆਹ ਮੈਂ ਬੈਠੂ ਆਪਣੀ ਵਹੁਟੀ ਕੋਲ ਤੇ ਤੂੰ ਕਹੇਂਗੀ ਜਿਹੜਾ ਘੰਟਾ ਦੋ ਘੰਟੇ ਬਹਿਣਾ ਬਹਿਲਾ ਬਾਕੀ ਰਹਿਣ ਦੇ ਆਏਗੇ ਵਾਸਤੇ ਨਾ ਕੀ ਕਹਿੰਦਾ ਭਈ ਇਹ ਗੱਲ ਹੈ ਤੇਰੀ ਮਾਂ ਗਵਾਂਢੀਆਂ ਵਾਸਤੇ ਬਹੁਤ ਸੋਚਦੀ ਹੈ ਉਹ ਕਿਵੇਂ ਤੇ ਮੈਨੂੰ ਲੱਗਦਾ ਮੈਂ ਵੀ ਆਊਂਗਾ ਉੱਥੇ ਅੱਛਾ ਚੰਗਾ ਆ ਚਲੀ ਹੁਣ ਤੇ ਨਾ ਯਾਰੀ ਤੇ ਪਾਏਗਾ ਹੁਣ ਬਸ ਆ ਗਈ ਰੁਕੇ ਚਿੱਠੀ ਪਾ ਦੀ ਹੈ ਆਪਣਾ ਖਿਆਲ ਰੱਖੀ ਭਾਜੀ ਹਾਂਜੀ ਰਾਮਗੜ੍ਹ ਜਾਣ ਵਾਸਤੇ ਸਵਾਰੀ ਮਿਲੇਗੀ ਕੋਈ ਇਸ ਵੇਲੇ ਰਾਮਗੜ੍ਹ ਵਾਸਤੇ ਇਸ ਵੇਲੇ ਤਾਂ ਕੋਈ ਸਵਾਰੀ ਨਹੀਂ ਮਿਲੇਗੀ ਮੈਂ ਭਰਤਗੜ੍ਹ ਜਾ ਰਿਹਾ ਰਸਤੇ ਤੁਹਾਨੂੰ ਲਾ ਦਾਂਗਾ ਔਰ ਰਾਈਟ ਨੰਬਰਦਾਰ ਸੋਹਣ ਸ਼ਾਹ ਦੀ ਕੋਠੀ ਹੈ ਜੀ ਮੈਂ ਉਹਨਾਂ ਦਾ ਪੁੱਤਰ ਹਾਂ ਥੈਂਕ ਯੂ ਵੈਰੀ ਮੱਚ ਇਟਸ ਪਲੇਜ਼ਰ ਟੂ ਮੀ ਪਰ ਤੁਸੀਂ ਆਪਣੇ ਬਾਰੇ ਤਾਂ ਕੁਝ ਦੱਸਿਆ ਨਹੀਂ ਮੈਂ ਨੰਬਰਦਾਰ ਦਇਆ ਰਾਮ ਦਾ ਪੁੱਤਰ ਕਰਮੂ ਹਾਂ ਓ ਫਿਰ ਤਾਂ ਹੁਣ ਮੁਲਾਕਾਤ ਹੁੰਦੀ ਰਹੇਗੀ ਜ਼ਰੂਰ ਮਾਂ ਰਣਜੀ ਤੂੰ ਹਾਂ ਮਾਂ ਜਿਉਂਦਾ ਰਹੇ ਪੁੱਤਰ ਜਿਉਂਦਾ ਰਹੇ ਜਵਾਨੀਆਂ ਮਾਨੇ ਸੁਖ ਨਾਲ ਕਿੰਨਾ ਵੱਡਾ ਹੋ ਗਿਆ ਤੂੰ ਪੁੱਤਰ ਆਉਣ ਦੀ ਖਬਰ ਕਿਉਂ ਨਹੀਂ ਦਿੱਤੀ ਤੂੰ ਹੁਣੇ ਮੈਂ ਤੈਨੂੰ ਚਿੱਠੀ ਲਿਖ ਰਹੀ ਸੀ ਮਾਂ ਮੈਂ ਤੈਨੂੰ ਅਚਾਨਕ ਖੁਸ਼ੀ ਦੇਣਾ ਚਾਹੁੰਦਾ ਸੀ ਬੜਾ ਚੰਗਾ ਕੀਤਾ ਹੈ ਤੈਨੂੰ ਤੈਨੂੰ ਮਿਲਣ ਨੂੰ ਬੜਾ ਹੀ ਦਿਲ ਕਰ ਰਿਹਾ ਸੀ ਚੱਲ ਅੰਦਰ ਚੱਲ ਸਾਰੇ ਪਿੰਡ ਚ ਮੈਂ ਗੁੱਡੀ ਹਾਂ ਜੋਤੀ ਦੀ ਸਹੇਲੀ ਹਾਂ ਜੋਤੀ ਦੀ ਸਹੇਲੀ ਮੈਂ ਕਰਮਾ ਜੋਤੀ ਦਾ ਬੜਾ ਭਰਾ ਜੋਤੀ ਕਰਮ ਚ ਨਹੀਂ ਹੈ ਉਹ ਤਾਂ ਹੁਣੇ ਚੰਡੀਗੜ੍ਹ ਗਈ ਆ ਮੈਂ ਹੁਣ ਛੱਡ ਕੇ ਆਇਆ ਤੁਸੀਂ ਫਿਰ ਕੀ ਆਉਣਾ ਕੋਈ ਗਰਮ ਕੋਈ ਠੰਡਾ ਨਹੀਂ ਹਾਏ ਮੇਰੀ ਸਹਿਬਾ ਤੁਸੀਂ ਮੈਨੂੰ ਕੁਝ ਕਿਹਾ ਨਹੀਂ ਨਹੀਂ ਮੈਂ ਤਾਂ ਐਵੇਂ ਆਪਣੇ ਆਪ ਨੂੰ ਥੈਂਕ ਯੂ
ਕਿਤਾਬ ਖੋਲਦੀ ਆ ਤੂੰ ਹੀ ਤੂੰ ਨਜ਼ਰ ਆਉਂਦਾ ਬਸ ਫੇਰ ਤਾਂ ਤੂੰ ਪਾਸ ਨਹੀਂ ਹੁੰਦੀ ਇਹ ਮੇਰੇ ਵਾਸਤੇ ਦੀ ਗੱਲ ਥੋੜੀ ਹੈ ਇਹ ਤਾਂ ਦਿਲ ਦੀ ਗੱਲ ਹੈ ਮੈਨੂੰ ਤਾਂ ਇੰਜ ਲੱਗਦਾ ਨਾ ਤੂੰ ਪਾਸ ਹੋਣਾ ਨਾ ਮੈਂ ਪਾਸ ਹੋਣਾ ਮੇਰੇ ਭਰਾ ਨੇ ਸ਼ਰਤ ਰੱਖੀ ਹੈ ਜੇ ਮੈਂ ਫਸਟ ਕਲਾਸ ਵਿੱਚ ਪਾਸ ਹੋਵਾਂ ਤਾਂ ਸਾਡੇ ਵਿਆਹ ਲਈ ਮੰਨੇਗਾ ਮੇਰੇ ਭਰਾ ਵੀ ਬੜੇ ਡੱਡ ਨੇ ਜੇ ਮੈਂ ਫੇਲ ਹੋ ਗਏ ਨਾ ਤਾਂ ਮੈਨੂੰ ਜਨੂ ਮਾਰ ਦੇਣਗੇ ਗੱਲ ਸੁਣ ਆਪਾਂ ਇੰਜ ਕਰਦੇ ਹਾਂ ਜਦ ਤੱਕ ਇਮਤਿਹਾਨ ਖਤਮ ਨਹੀਂ ਹੋ ਜਾਂਦੇ ਤਦ ਤੱਕ ਨਾ ਤੂੰ ਮੈਨੂੰ ਮਿਲੇਂਗੀ ਨਾ ਮੈਂ ਤੈਨੂੰ ਮਿਲਾਂਗਾ ਤੇ ਇਮਤਿਹਾਨ ਖਤਮ ਹੁੰਦਿਆਂ ਸਾਰੀ ਇਸੇ ਵਕਤ ਇਸੇ ਜਗ੍ਹਾ ਤੇ ਆਪਾਂ ਮਿਲਾਂਗੇ ਤਾਂ ਮੈਂ ਚਲਾਂ ਅੱਜ ਤਾਂ ਰੱਜ ਕੇ ਮਿਲ ਲਈਏ ਕੱਲ ਤੋਂ ਨਹੀਂ ਮਿਲਾਂਗੇ ਮੈਂ ਕਿਆ ਚੱਲੀਏ ਕੀ ਹੈ ਆ ਦੇਖ ਤੇਰੇ ਵਾਸਤੇ ਮੱਝ ਲੈ ਕੇ ਆਇਆ ਮੇਰੇ ਲਈ ਹਾਂ ਮੈਂ ਕਿਹਾ ਪੱਠੇ ਪਾਇਆ ਕਰੇਗੀ ਚੰਗਾ ਪੱਠੇ ਮੈਂ ਪਾਵਾਂ ਤੇ ਦੁੱਧ ਤੂੰ ਪੀਵੇਂ ਉਹ ਦੁੱਧ ਤਾਂ ਦਿੰਦੀ ਨਹੀਂ ਇਹਦੇ ਪਿੱਛੇ ਕੀ ਹੈ ਇਹਦੇ ਪਿੱਛੇ ਪੂਛ ਹੈ ਹੋਰ ਕੀ ਹੈ ਕਮਾਲ ਹੈ ਨਾ ਤੇ ਦੁੱਧ ਦਿੰਦੀ ਹੈ ਤੇ ਨਾ ਹੀ ਇਹਦੇ ਪਿੱਛੇ ਕੋਈ ਕੱਟਾ ਕੱਟੇ ਤੂੰ ਇਹਦੇ ਵਿੱਚ ਕੀ ਵੇਖ ਕੇ ਲਿਆਇਆ ਉਹ ਮੈਂ ਕੋਈ ਚੀਜ਼ ਦੇਖ ਕੇ ਤੇ ਲਿਆ ਹੀ ਹੈ ਫੇਰ ਵੀ ਦੱਸ ਤੇ ਸਹੀ ਮੈਂ ਇਹਦਾ ਹਾਈ ਕਰੈਕਟਰ ਦੇ ਕੇ ਲਿਆਇਆ ਓਏ ਰੱਬਾ ਮੱਝ ਦਾ ਵੀ ਕੋਈ ਕਰੈਕਟਰ ਹੁੰਦਾ ਤੇਰਾ ਕਰੈਕਟਰ ਹੋ ਸਕਦਾ ਮੇਰਾ ਕਰੈਕਟਰ ਹੋ ਸਕਦਾ ਮੱਝ ਦਾ ਕੋਈ ਕਰੈਕਟਰ ਹੀ ਨਹੀਂ ਹੋ ਸਕਦਾ ਉਹ ਕਿੱਦਾਂ ਲੈ ਸੁਣ ਲੈ ਫਿਰ ਇੱਕ ਵਾਰੀ ਇਹ ਟੋਬੇ ਤੇ ਨਹਾਉਣ ਗਈ ਸੀ ਉੱਥੇ ਫੱਟਾ ਲੱਗਿਆ ਦੇਖ ਲਿਆ ਉਹ ਅੱਜ ਤੱਕ ਸੋਹਣਾ ਦਾ ਕੀ ਸੀ ਬੋਲੀ ਨਹੀਂ ਦੂਰ ਫਿੱਟੇ ਮੂੰਹ ਤੇਰਾ ਐਵੇਂ ਪੌਂਕਦਾ ਰਹਿੰਦਾ ਉਹ ਮੈਂ ਕਿਹਾ ਲੋਕਾਂ ਦੇ ਕਿੰਨੇ ਚੁੱਭਦੀ ਫਿਰਦੀ ਐ ਸਾਡੇ ਕਮਾਲ ਦਾ ਕਿੰਨਾ ਵੜ ਰਣਜੀਤ ਇਹ ਨੇ ਸਾਡੇ ਨਵੇਂ ਮੁਨੀਮ ਜੀ ਨਮਸਤੇ ਸਰਕਾਰ ਪੁੱਤਰਾ ਇਹ ਦੂਰ ਦੂਰ ਤੱਕ ਨਜ਼ਰ ਆਉਣ ਵਾਲੀ ਸਾਰੀ ਜ਼ਮੀਨ ਤੇਰੀ ਹੈ ਹੁਣ ਇਹਨੂੰ ਸੰਭਾਲਣਾ ਤੇਰੀ ਜ਼ਿੰਮੇਵਾਰੀ ਹੈ ਮੁਨੀਮ ਜੀ ਜੀ ਰਣਜੀਤ ਨੂੰ ਸਾਰਾ ਕੰਮ ਸਮਝਾ ਦਿਓ ਤੇ ਇੱਥੋਂ ਦੇ ਬਾਕੀ ਨੌਕਰਾਂ ਨਾਲ ਮਿਲਾ ਦਿਓ ਜੀ ਆਈਏ ਸਰਕਾਰ ਰਾਜ ਦਲੀਪ ਦੇਵ ਸ਼ਮੀ ਸ਼ਸ਼ੀ ਤੇ ਅਮਿਤਾਭ ਤੇ ਸਰਕਾਰ ਆ ਆਪਣਾ ਖਾਸ ਬੰਦਾ ਜੱਗੂ ਆਓ ਸਰਕਾਰ ਹੁਣ ਤੁਹਾਨੂੰ ਮੈਂ ਖੇਤਾਂ ਵੱਲ ਲੈ ਚੱਲਾਂ ਆਓ ਆ ਵੇਖੋ ਇੱਧਰ ਵੇਖੋ ਸਰਕਾਰ ਇੱਧਰ ਵੇਖੋ ਸਰਕਾਰ ਤੂੰ ਅੱਜ ਗਏ ਹੋ ਆ ਸਾਰੀਆਂ ਸਾਰੀਆਂ ਫਸਲਾਂ ਤੁਹਾਡੀਆਂ ਸਰਕਾਰ ਉਹ ਛੱਡੋ ਫਸਲਾਂ ਨੂੰ ਇਹ ਦੱਸ ਇਹ ਕਲੀ ਕਿਹਦੀ ਏ ਆਪਣੀ ਬਾਗ ਦੀ ਸਮਝੋ ਸਰਕਾਰ ਅਜੇ ਇਹ ਕਲੀ ਖਿਲ ਰਹੀ ਏ ਖਿਲ ਰਹੀ ਏ ਪਰ ਇਹ ਫੁੱਲ ਬਣਨ ਤੋਂ ਪਹਿਲਾਂ ਸਾਡੇ ਕੋਲ ਆਉਣੀ ਚਾਹੀਦੀ ਏ ਆਊਗੀ ਜ਼ਰੂਰ ਆਊਗੀ ਇੰਨੀ ਬੇਸਬਰੀ ਵੀ ਕਾਹਦੀ ਅਜੇ ਤਾਂ ਤੁਸੀਂ ਆਏ ਹੋ ਆਓ ਜਾਓ ਆਓ ਮੈਨੂੰ ਕੁੜੀ ਨਾਲ ਪਿਆਰ ਹੋ ਗਿਆ ਨਾ ਇਹ ਮੈਨੂੰ ਪਤਾ ਸੀ ਹੋਣਾ ਇਹ ਇੱਕ ਨਾ ਇੱਕ ਦਿਨ ਜ਼ਰੂਰ ਹੋਣਾ ਸੇਵਾ ਦੱਸੋ ਉਹ ਪਰ ਗੱਲ ਤਾਂ ਸੁਣ ਉਹ ਮੈਨੂੰ ਪਿਆਰ ਨਹੀਂ ਕਰਦੀ ਨਹੀਂ ਕਰਦੀ ਇਹੋ ਜਿਹੀ ਤਰਕੀਬ ਲੜਾ ਕਿ ਉਹ ਮੈਨੂੰ ਪਿਆਰ ਕਰਨ ਲੱਗ ਪਏ ਬਸ ਉਹ ਇਹ ਤਾਂ ਐ ਐ ਐ ਪਾਪਾ ਜੀ
ਤੁਸੀਂ ਮੈਨੂੰ ਕਿਸੇ ਦਿਨ ਕੁੜੀ ਵਿਖਾ ਲਿਓ, ਠੀਕ ਹੈ? ਮੈਂ ਕੁੜੀ ਨੂੰ ਛੇੜੂੰਗਾ, ਤੁਸੀਂ ਆ ਕੇ ਮੈਨੂੰ ਮਾਰਨਾ, ਮੈਂ ਬੇਹੋਸ਼। ਕੁੜੀ ਉੱਠੇਗੀ, ਤੁਹਾਡੀਆਂ ਅੱਖਾਂ 'ਚ ਅੱਖਾਂ ਪਾਏਗੀ, ਅੱਛਾ, ਤੁਹਾਡੇ ਵੱਲ ਅੱਗੇ ਵਧੇਗੀ, ਬਸ ਫਿਰ ਕੀ, ਰੱਖੜੀ ਬੰਦ, ਹੋਰ ਕੀ, ਮੇਰਾ ਮਤਲਬ ਹੈ ਫਸੂਗੀ, ਫਸੂਗੀ, ਹਾਂ ਪੱਕਾ, ਦੇਖੀ ਕਿਤੇ ਕੋਈ ਗੜਬੜ ਤਾਂ ਨਹੀਂ ਹੋਜੂ, ਨਾ 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 ਨਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਮੈਂ ਕਿਹਾ ਪੂਰਨੀਏ ਮੰਨ ਜਾ, ਹੁਣ ਤੈਨੂੰ ਕੀ ਹੋ ਗਿਆ, ਹੁਣ ਤਾਂ ਮੈਂ ਹੱਥ ਵੀ ਜੋੜਨ ਲੱਗ ਗਿਆ, ਉਹ ਪਿਛਲੀਆਂ ਗੱਲਾਂ ਭੁੱਲ ਗਈ, ਉਹ ਜਦੋਂ ਤੇਰੀ ਭੈਣ ਦਾ ਤੇਰੀ ਦਾ ਗੋਡਾ ਉਤਰਿਆ ਸੀ, 4 ਮਹੀਨੇ ਮਾਸ ਕਰਦਾ ਰਿਹਾ ਤਾਂ ਠੀਕ ਹੋਇਆ, ਤੇ ਹੁਣ ਤੂੰ ਯਾਦ ਹੀ ਨਹੀਂ ਕਰਦੀ, ਤੇਰੀ ਮਾਂ ਦੀ ਤੇਰੀ ਦੀ ਸੇਵਾ, ਤੇਰੀ ਮਾਂ ਦੀ ਤੇਰੀ ਦੀ ਜਿੰਨੀ ਮੈਂ ਸੇਵਾ ਕੀਤੀ ਆ ਮੈਨੂੰ ਪਤਾ, ਤੇ ਅੱਜ ਤੈਨੂੰ ਕੀ ਹੋ ਗਿਆ, ਬਸ ਇੱਕ ਵਾਰੀ ਚੜ ਜਾਣ ਦੇ, ਜੇ ਅੱਖਾਂ ਨਾਲ ਗੋਲ ਜਾਂਦਾ ਮੈਂ ਜ਼ਿੰਮੇਵਾਰ ਆ, ਬਸ ਇੱਕ ਵਾਰੀ ਮੈਨੂੰ ਤੇਰੇ ਦੇ ਚੜ ਜਾਣ ਦੇ, ਫਿਰ ਦੇਖ ਤਮਾਸ਼ਾ ਚਲਾਉਂਦਾ ਕਿਵੇਂ ਬੰਬੂ ਕਾਟ, ਹੁਣ ਤੂੰ ਤਿਆਰ ਰਹੀ, ਅੱਜ ਨਾ ਨਾ ਕਰੀ ਮੈਂ, ਹਾਂ ਦੇਖੀ ਜਾਈ ਤੂੰ ਮੈਂ ਇਸਦਾ, ਇਹ ਲੈ ਮੈਨੂੰ ਲੱਗਦਾ ਮੰਨ ਗਈ ਤੂੰ, ਇਹ ਠਹਿਰ ਜਾ, ਮੈਂ ਕਿਹਾ ਗੱਲ ਸੁਣ, ਇਹ ਦੁਨੀ ਚੜਿਆ ਜਾਂਦਾ, ਦੂਜੇ ਪਾਸੇ ਚੜੂਗਾ, ਦੂਜੇ ਪਾਸੇ ਚੜਦੇ ਆ, ਮਾੜੀ ਪਾਸੇ ਹਟ ਜਾ, ਨਾ ਚਮੜੀ ਬੈਠੀ ਆ ਹਰ ਪਾਸੇ, ਭੱਜ ਕੇ ਚੜੂਗਾ, ਭੱਜ ਕੇ ਠੀਕ ਹੈ। ਮੈਂ ਕਿਹਾ ਤੈਨੂੰ ਕੀ ਹੋ ਗਿਆ ਮੇਰੀ ਇਹ ਮਾਸੀਏ, ਤੇ ਤੂੰ ਮੈਨੂੰ ਨੀ ਚੜਾ ਸਕਦੀ, ਤੂੰ ਮੇਰੇ ਚੜ ਜਾ, ਹੱਲ ਹੈ ਮੇਰਾ ਕੋਡਾ ਹੋ ਗਿਆ। ਸਭ ਆਪਣੀ ਭਰਾਵਾਂ ਦੀ ਪਾਈਆਂ, ਕੀ ਹਾਲ ਚਾਲ ਆ ਤੁਹਾਡਾ? ਮੈਂ ਕਿਹਾ ਜੀ ਹਾਲ ਤੇ ਹਾਲ ਚੜਿਆ ਪਿਆ, ਚਾਲ ਚੜੀ ਪਈ ਹੈ। ਉਹ ਕਿੱਦਾਂ? ਉਹ ਅਸੀਂ ਟਰਾਂਸਪੋਰਟ ਕੰਪਨੀ ਖੋਲ ਲਈ। ਮੈਂ ਕਿਹਾ ਜੀ ਪੁੰਨੀਆਂ ਟਰਾਂਸਪੋਰਟ ਕੰਪਨੀ ਖੋਲ ਲਈ ਅਸੀਂ ਤਾਂ, ਪੁੰਨੀਆਂ ਟਰਾਂਸਪੋਰਟ, ਅੱਜ ਲਹਿਰਾ ਬਹਿਰਾ ਹੋ ਗਈਆਂ ਸਾਡੀਆਂ ਤਾਂ, ਫਿਰ ਤਾਂ ਕਿਸੇ ਬੈਂਕ ਸ਼ੈਂਕ ਤੋਂ ਲੋਨ ਲਿਆ ਹੋਣਾ ਤੁਸੀਂ? ਉਹ ਤਾਂ ਜੀ ਲਕਸ਼ਮੀ ਕਮਰਸ਼ੀਅਲ ਬੈਂਕ ਗੁਰਾਇਆਂ ਤੋਂ ਪੈਸੇ ਲੈ ਲਿਆ। ਅੱਛਾ, ਆਪਣੇ ਬੈਂਕ ਮੈਨੇਜਰ ਸ਼ਰਮਾ ਜੀ ਮਿੰਟ ਲੈ ਪੈਸੇ ਲੱਗੀ ਉਹਨਾਂ ਨੇ ਤਾਂ, ਕਿੰਨੀਆਂ ਗੱਡੀਆਂ? ਫਿਲਹਾਲ 2 ਗੱਡੀਆਂ ਪਈਆਂ ਜੀ, 2 ਗੱਡੀਆਂ, ਇੱਕ ਗੱਡੀ ਚਿੱਟੀ ਪਾਈ ਹੈ ਜੀ ਵੱਡੀ ਜੀ, ਤੇ ਇੱਕ ਆਪਦਾ ਛੋਟੀ ਗੱਡੀ ਪਈ ਹੈ ਜੀ ਖਾਕੀ ਜੀ। ਅੱਛਾ, ਲਿਆਉਂਗੇ ਫਿਰ ਤਾਂ ਤੁਹਾਨੂੰ ਕੰਮ ਮਿਲੇ ਹੀ ਮਿਲੇ, ਨਾਲੇ ਇਹਨਾਂ ਦੀ ਹੋਰ ਮੌਜ ਹੈ ਜੀ, ਨਾ ਤਾਂ ਜੀ ਇਹ ਪੈਂਚਰ ਹੋਣ, ਨਾ ਇਹਨਾਂ ਦੀ ਟਾਇਰ ਬਦਲੇ ਪੈਂਦੇ ਆ ਜੀ, ਇਹ ਤਾਂ, ਤੇ ਨਾਲੇ ਇਹਨਾਂ ਨੂੰ ਕਹਿ ਕੁਛ ਤਾਂ ਖਵਾਈਦਾ ਜੀ, ਕਿੰਨਾ ਸਪੀਡ ਦਿਨ ਵੱਧ ਰਹੀ ਹੈ ਜੀ, ਸਪੀਡ ਵੱਧ ਰਹੀ, ਹਾਂਜੀ ਫਿਰ ਤਾਂ ਤੁਹਾਨੂੰ ਕੰਮ ਮਿਲੇ ਹੀ ਮਿਲੂਗਾ ਜੀ। ਅੱਛਾ, ਜਦੋਂ ਕੰਮ ਹੋਊਗਾ ਮੈਂ ਦੱਸੂਗਾ। ਅੱਛਾ, ਮੈਂ ਚੱਲਦਾ। ਤੁਹਾਡੇ ਕੋਲ 10 ਰੁਪਏ ਹੋਣਗੇ ਜੀ? 10 ਰੁਪਏ, ਹਾਂਜੀ ਲੋੜ ਪੈ ਗਈ ਸੀ, ਉਹੀ ਕਰਨਾ, ਉਹ ਲੋੜ ਪੈ ਗਈ ਜੀ 10 ਰੁਪਈਆਂ ਦੀ, ਲੋੜ ਪੈ ਗਈ ਸੀ, ਹਾਂਜੀ ਹੱਲ ਪਾਣੀ ਹੋਣਾ ਥੋੜਾ ਜਿਹਾ, ਪਜਾ ਛੋਟੇ ਮੂਸਾਲਾ ਪਾਨ ਦਾ ਨਾ ਹੋਵੇ ਤਾਂ, 50 ਵਾਰੀ ਕਿਹਾ ਪਾਨ ਨਾ ਮੰਗਿਆ ਕਰ, 25 ਰੁਪਏ ਫਿਰ ਮੰਗ ਲਾਂਗੇ। ਗੋਰੀ ਗੰਨੇ ਦੀ ਬੋਰੀ ਕੱਚੀ ਕਰੀ ਪਈ ਹੈ, ਕਿੰਨੀ ਸੋਹਣੀ ਪਈ ਲੱਗਦੀ ਹੈ, ਆ ਮੌਕਾ ਹੈ ਲੰਬੜਦਾਰ ਨੂੰ ਖੁਸ਼ ਕਰਨ ਦਾ, ਫਿਰ ਤੇ ਇਨਾਮ ਵੀ ਚੰਗਾ ਮਿਲੇਗਾ। ਆਹੋ ਆ ਜਾ, ਚੱਲ ਚੋਰ। ਤੇਰੀ ਭੈਣ ਕੀ ਚੁਰਾਇਆ? ਇਹ ਤਾਂ ਸਾਡਾ ਲੰਬੜਦਾਰ ਹੀ ਦੱਸੂਗਾ, ਚੱਲ ਛੇੜ। ਖਬਰਦਾਰ, ਜੇ ਕਿਸੇ ਨੇ ਮੈਨੂੰ ਹੱਥ ਲਾਇਆ ਤਾਂ, ਚੱਲ ਵੇਖ ਲੈਣੀ ਹੈ ਤੇਰੇ ਲੰਬੜਦਾਰ ਨੂੰ ਵੀ, ਚੱਲ ਚੱਲ ਕਿਤੇ ਜਾਣਾ ਹੈ। ਹਾਂ ਤੂੰ ਚੋਰੀ ਕੀਤੀ ਹੈ।
ਕੌਣ ਕਹਿੰਦਾ ਹੈ ਮੈਂ ਚੋਰੀ ਕੀਤੀ? ਮੈਂ ਕਹਿੰਦਾ ਹੈ। ਕੀ ਚੁਰਾਇਆ ਮੈਂ? ਤੁਸੀਂ ਸਾਡੇ ਦਿਲ ਦਾ ਚੈਨ ਤੇ ਰਾਤ ਦੀਆਂ ਨੀਂਦਾਂ ਚੁਰਾਈਆਂ ਨੇ। ਲੱਗਦਾ ਹੈ ਲੰਬੜਦਾਰਾ ਤੂੰ ਬਹੁਤ ਪੀ ਗਿਆ ਹੈ। ਪੀਣੀ ਕਿੱਥੋਂ ਸੀ, ਬੋਤਲ ਤੇ ਹੁਣ ਆਈ ਹੈ। ਅੱਗੇ ਨਾ ਵਧੀ, ਹੁਣ ਤੱਕ ਤੇਰਾ ਵਾਸਤਾ ਪਿਆ ਹੋਣਾ ਹੈ ਮੇਮਾ ਨਾਲ, ਤੂੰ ਕਿਸੇ ਜੱਟੀ ਦੇ ਹੱਥ ਨਹੀਂ ਵੇਖੇ ਹੋਣੇ। ਤੇ ਵਿਖਾ ਦਿਓ ਹੱਥ। ਮੈਂ ਤੁਹਾਡਾ ਸ਼ੁਕਰੀਆ ਕਿਦਾ ਅਦਾ ਕਰਾਂ? ਇਹ ਚ ਸ਼ੁਕਰੀਆ ਅਦਾ ਕਰਨ ਵਾਲੀ ਕੀ ਗੱਲ? ਬਸ ਫਿਰ ਰੱਖੜੀ ਬੰਧੂ ਹੋਰ ਕੀ? ਨਹੀਂ, ਅਰੇ ਦੇਖ ਤਾਂ ਮੱਥੇ ਤੋਂ ਖੂਨ ਨਿਕਲ ਰਿਹਾ ਹੈ, ਘੁੰਮ ਜਾ। ਗੱਬਰੂਆ, ਮੈਂ ਤੇਰਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ। ਮੈਂ ਹਵੇਲੀ 'ਚ ਗਈ ਕੋਈ ਕੁੜੀ ਸਹੀ ਸਲਾਮਤ ਵਾਪਸ ਨਹੀਂ ਆਈ। ਹੁਣ ਉਸ ਹਵੇਲੀ ਵਿੱਚ ਕਦੇ ਕਿਸੇ ਕੁੜੀ ਦੀ ਇੱਜ਼ਤ ਨਹੀਂ ਲੁੱਟਣ ਦਿੱਤੀ ਜਾਏਗੀ। ਮੈਂ ਆਪਣੇ ਪੁੱਤਰ ਦੀ ਕਾਲੀ ਕਰਤੂਤਾਂ ਤੋਂ ਬਹੁਤ ਸ਼ਰਮਿੰਦਾ ਵਾਂ। ਲੰਬੜਦਾਰਨੀਏ, ਕੁਆਰੀ ਕੁੜੀ ਦੀ ਇੱਜ਼ਤ ਉਹ ਸ਼ੀਸ਼ੇ ਵਾਂਗ ਹੁੰਦੀ ਹੈ, ਜਿਹਦਾ ਟੁੱਟਣਾ ਫੁੱਟਣਾ ਤੇ ਦੂਰ, ਲੋਕ ਉਸ 'ਤੇ ਜਰੀਬ ਵੀ ਫਸਲ ਨਹੀਂ ਕਰਦੇ। ਜਾਣਨੀ ਆ, ਮੈਂ ਵੀ ਇੱਕ ਔਰਤ ਹਾਂ, ਮੈਂ ਸਾਰਿਆਂ ਦੇ ਸਾਹਮਣੇ ਤੁਹਾਡੇ ਕੋਲੋਂ ਮਾਫੀ ਮੰਗਣੀ ਆ। ਇਹ ਕੀ ਕਰ ਰਹੇ ਹੋ ਸਰਕਾਰ? ਕਰਮੇ ਨੂੰ ਮਾਰਨ ਲਈ ਨਿਸ਼ਾਨਾ ਪੱਕਾ ਕਰ ਰਿਹਾ। ਤੁਸੀਂ ਕਰਮੇ ਨੂੰ ਮਾਰੋਗੇ? ਹਾਂ, ਮੈਂ ਮਾਰਾਂਗਾ। ਜੇ ਤੁਸੀਂ ਕਰਮੇ ਨੂੰ ਮਾਰੋਗੇ ਤਾਂ ਤੁਹਾਨੂੰ ਫਾਂਸੀ ਹੋ ਜਾਏਗੀ। ਭਾਜੀ ਸਵਾਹ ਦੀ ਮੁੜੀ, ਤਰਕੀਬ ਕੁਝ ਏਦਾਂ ਦੀ ਹੋਣੀ ਚਾਹੀਦੀ ਹੈ ਸਰਕਾਰ ਕਿ ਸੱਪ ਵੀ ਮਰ ਜਾਏ ਤੇ ਲੱਠ ਵੀ ਨਾ ਟੁੱਟੇ। ਕਰਮੇ ਨੂੰ ਕੋ ਬੰਦਾ ਮਾਰ ਸਕਦਾ ਜਿਹਨੂੰ ਮੈਂ ਜਾਣਨਾ ਵਾ? ਕਿਸੇ ਨੂੰ ਕੰਨੋ ਕਰ ਖਬਰ ਨਹੀਂ ਹੋਏਗੀ, ਬਸ ਰਕਮ ਜ਼ਰਾ ਮੋਟੀ ਦੇਣੀ ਪਵੇਗੀ। ਤੂੰ ਰਕਮ ਦੀ ਚਿੰਤਾ ਨਾ ਕਰ, ਕੰਮ ਹੋਣ ਤੇ ਮਾਲਾ ਮਾਲ ਕਰ ਦਿਆਂਗਾ। ਜੱਗੂ, ਉਸ ਦਿਨ ਤੂੰ ਕਿਸੇ ਟਰੱਕ ਡਰਾਈਵਰ ਦੀ ਗੱਲ ਕਰ ਰਿਹਾ ਸੀ ਜਿਹਨੇ ਤੈਨੂੰ ਹੀ ਕੁਟਾਪਾ ਚਾੜਿਆ। ਮਨੀਮਾ, ਤੂੰ ਵੀ ਖਾਲੋ ਆਣੀ ਹੈ? ਹੈ ਓਏ, ਮੈਂ ਆਪਣੀ ਨਹੀਂ ਕਿਸੇ ਹੋਰ ਦੀ ਲਹਾਉਣੀ ਹੈ। ਹੈ ਕੋਈ ਅਤਾ ਪਤਾ ਤਾਂ ਮਿਲਾ? ਜ਼ਰੂਰ ਮਿਲਣਾ। ਆਹੋ ਜੱਗੂ, ਰੁਕ ਕਿਉਂ ਗਿਆ? ਓ ਬੈਠਾ ਹੀ। ਓ ਲੱਸੀ ਪੀਂਦਾ? ਆਹੋ। ਚੱਲ ਫਿਰ ਮਿਲਾ। ਨਾ ਬਾਬਾ, ਕਿਉਂ? ਮੈਂ ਨਹੀਂ ਉਹ ਗਾਹ ਜਾਂਦਾ। ਕਿਉਂ? ਮੇਰੀਆਂ ਤਾਂ ਹੱਡੀਆਂ ਅਜੇ ਵੀ ਦੁਖਦੀਆਂ। ਹਲਾ, ਤੂੰ ਵੀ ਬਚ ਕੇ ਜਾਈ, ਬੰਦਾ ਬੜਾ ਖਤਰਨਾਕ ਹੀ। ਕੱਲਾ ਹੀ ਗੱਲ ਨਹੀਂ। ਸੋਤਿਆ? ਹਾਂਜੀ। ਲੈ ਇਹਨਾਂ ਨੂੰ ਪੈਸੇ ਦਿਆ।
ਅੱਛਾ ਜੀ ਪ੍ਰਾਣ ਜੀ ਪ੍ਰਾਣ ਜੀ ਤੁਹਾਡੇ ਲਈ ਕੰਮ ਹੈ ਜੀ ਕੀ ਕੰਮ ਹੈ ਜਿੰਨੇ ਪੈਸੇ ਮੰਗੋਗੇ ਮੈਂ ਉਹਨੇ ਦਿਆਂਗਾ ਇੱਕ ਬੰਦਾ ਕੁੱਟਣਾ ਜੀ ਬੰਦਾ ਕੁੱਟਣਾ ਹੈ ਹਾਂਜੀ ਖੁਸਰਾ ਤੂੰ ਮੈਨੂੰ ਗੁੰਡਾ ਦੇ ਬਦਮਾਸ਼ ਸਮਝਦਾ ਜਿਹੜਾ ਪੈਸੇ ਲੈ ਕੇ ਲੋਕਾਂ ਨੂੰ ਕੁੱਟੂਗਾ ਨਹੀਂ ਪ੍ਰਾਣ ਜੀ ਇਹ ਗੱਲ ਨਹੀਂ ਉਹਨੂੰ ਕੁੱਟਣਾ ਤਾਂ ਪੁੰਨ ਦਾ ਕੰਮ ਹੈ ਜੀ ਹਾਂਜੀ ਉਹ ਬੰਦਾ ਤਾਂ ਗੁੰਡਾ ਆ ਬਦਮਾਸ਼ ਆ ਦਿਨ ਦਿਹਾੜੇ ਪਿੰਡ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਦਾ ਤੇ ਨਾਲੇ ਸਮਝਦਾ ਜੀ ਜਿਵੇਂ ਉਹਨੂੰ ਕੋਈ ਰੋਕਣ ਵਾਲਾ ਜੰਮਿਆ ਹੀ ਨਹੀਂ ਇਹ ਗੱਲ ਹੈ ਹਾਂਜੀ ਇਹੋ ਤਾਂ ਗੱਲ ਹੈ ਜੀ ਉਹ ਤੂੰ ਮੈਨੂੰ ਪਹਿਲਾਂ ਕਿਉਂ ਦੱਸਿਆ ਇਹੋ ਜਿਹੇ ਬੰਦੇ ਨਾਲ ਤੇ ਫਿਰ ਪੰਗਾ ਲੈਣਾ ਹੀ ਪਊਗਾ ਅੱਛਾ ਇਹ ਦੱਸ ਉਸ ਦਿਨ ਰਣਜੀਤ ਤੇ ਕਰੋ ਆਪਣੀ ਜਾਨ ਖਤਰੇ ਵਿੱਚ ਪਾ ਕੇ ਮੈਨੂੰ ਕਿਉਂ ਬਚਾਇਆ ਸੀ ਇਸ ਕਰਕੇ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਸੱਚ ਹਾਂ ਜਿਸ ਦਿਨ ਦਾ ਤੈਨੂੰ ਦੇਖਿਆ ਬਸ ਪੁੱਛਣਾ ਇਹਦਾ ਕੀ ਸਬੂਤ ਸਬੂਤ ਮੈਂ ਸਾਰੇ ਪਿੰਡ ਵਿੱਚ ਰੌਲਾ ਪਾ ਕੇ ਕਵਾਂਗਾ ਕਿ ਮੈਂ ਗੁੱਡੀ ਨਾਲ ਪਿਆਰ ਕਰਦਾ ਓਏ 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 ਪਹਿਲਵਾਨ ਜੀ ਆਪਣੀ ਅੱਖਾਂ ਨਾਲ ਵੇਖ ਲਓ ਆਇਓ ਰੱਬਾ ਪਹਿਲਾਂ ਕਿਉਂ ਨਹੀਂ ਕਿਆ ਕਰਦਾ ਕੁੜੀ ਨੂੰ ਸ਼ਰੇਆਮ ਛੇੜ ਰਿਹਾ ਤੇ ਉਹਦੀ ਇੱਜ਼ਤ ਲੁੱਟ ਰਿਹਾ ਓਏ ਮਨੀਮਾ ਹਾਂਜੀ ਇਸ ਮੁੰਡੇ ਨੂੰ ਕੁੱਟਣਾ ਇਹਨੂੰ ਕੁੱਟਣਾ ਜੀ ਓਏ ਇਹਨੂੰ ਕੁੱਟਣ ਦੇ ਤਾਂ ਵਾਕਈ ਪੈਸੇ ਲੱਗਣਗੇ ਉਹ ਮੈਂ ਦਿਆਂਗਾ ਜੀ 1000 ਪੂਰਾ ਚਲੋ 2000 ਸਹੀ ਨਹੀਂ ਉਹ ਚੱਲੇ ਕਿੱਥੇ ਉਹ ਪਹਿਲਵਾਨ ਜੀ ਰੁਪਈਆ 5000 ਹੁਣ ਤਾਂ ਠੀਕ ਹੈ ਕੀ ਗੱਲ ਹੈ ਹਾਂਜੀ ਕਮਲਾ ਹੱਥ ਮੇਰਾ ਨਹੀਂ ਪ੍ਰਵਾਨ ਜੀ ਉਧਰ 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 ਤੇ ਜਾ ਫਿਰ ਲੈ ਪੰਗਾ ਅੱਛਾ ਜੀ ਓਏ ਮੁਸਿਆ ਸਫਾ ਵੱਡਿਆ ਬਦਮਾਸ਼ਾ ਪਿੰਡ ਦੀਆਂ ਧੀਆਂ ਪੈਣਾ ਨੂੰ ਛੇੜਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ ਕਿਆ ਲਾਲਾ ਇਹ ਤੇਰੀ ਧੀਆ ਕਿ ਭੈਣ ਇਹ ਗੱਲ ਹੈ ਅੱਜ ਤਾਂ ਮੈਂ ਤੇਰੇ ਕੁੱਟਾਪੇ ਦਾ ਪੂਰਾ ਬੰਦੋਬਸਤ ਕਰਕੇ ਆਇਆ ਤੂੰ ਕੁੱਟਵਾਏਗਾ ਹੱਸ ਲੈ ਹੋਰ ਹੱਸ ਲੈ ਮੈਂ ਤੇਰਾ ਹਾਸਾ ਹੁਣੇ ਬੰਦ ਕਰਾਉਣਾ ਉਦਨ ਦੀ ਮਾਰ ਭੁੱਲ ਗਿਆ ਵੇਖੋ ਪਹਿਲਵਾਨ ਜੀ ਆ ਮੈਨੂੰ ਛੇੜੀ ਜਾਂਦਾ ਜੇ ਆ ਜਾਓ ਪਹਿਲਵਾਨ ਜੀ ਪਹਿਲਵਾਨ ਜੀ ਫੜ ਲਓ ਕਿਉਂ ਲਾਲਾ ਹੋਰ ਪੰਗਾ ਲਏਗਾ ਕੀ ਪਹਿਲਵਾਨ ਜੀ ਓਏ ਮਨੀਮਾ ਇਸ ਮੁੰਡੇ ਦਾ ਹੱਥੇ ਬੜਾ ਪਾਰਾ ਹੈ ਮੇਰੇ ਵੱਸ ਦਾ ਨਹੀਂ ਮੈਂ ਚੱਲਿਆ ਪਹਿਲਵਾਨ ਜੀ ਪਹਿਲਵਾਨ ਜੀ ਪਹਿਲਵਾਨ ਜੀ ਓ ਲਾਲਾ ਓ ਤੇਰਾ ਪਹਿਲਵਾਨ ਨੱਟ ਗਿਆ ਓਏ ਪਹਿਲਵਾਨ ਜੀ ਮੈਨੂੰ ਇੱਥੇ ਕੱਲਿਆਂ ਛੱਡ ਕੇ ਨਾ ਜਾਓ ਓਏ ਮੈਂ ਕਿਹਾ ਨਾ ਇਸ ਮੁੰਡੇ ਦਾ ਹੱਥ ਬੜਾ ਪਾਰਾ ਹੈ ਇਹਨੂੰ ਕੁੱਟਣ ਵਾਸਤੇ ਪੈਸੇ ਵੀ ਭਾਰੇ ਲੱਗਣ ਮੈਂ ਦਿਆਂਗਾ ਜੀ ਕਿੰਨੇ ਜਿੰਨੇ ਵੀ ਹੈਗੇ ਆ ਕਿੰਨੇ ਆ ਤੇਰੇ ਕੋਲ 10000 ਚੱਲ ਕੱਢ ਪਹਿਲਾਂ ਕੰਮ ਪਹਿਲਾਂ ਮਾਰ ਕੇ ਬੇਹੋਸ਼ ਕਰੋ ਬਚ ਪਏ ਓਏ ਇਹਨੇ ਕੀ ਲੜਨਾ ਆ ਇਹ ਤਾਂ ਨਾ ਲੜਨ ਦੇ ਬਹਾਨੇ ਬਣਾਉਂਦਾ ਪਹਿਲਵਾਨ ਜੀ ਹੁਣ ਤੇ ਤੁਹਾਨੂੰ ਵੀ ਚਿਤਾਵ ਨਹੀਂ ਦੇ ਰਿਹਾ ਜੇ ਤੁਹਾਨੂੰ ਵੀ ਮੰਗਾ ਰਿਹਾ ਜੇ ਪੈ ਜਾਓ ਪੈ ਜਾਓ ਸ਼ਾਬਾਸ਼ ਉਹ ਵੀਰ ਤੂੰ ਤਾਂ ਅਸਲੀ ਬਾਹਰ ਲੱਭ ਪਿਆ ਤੂੰ ਬੇਹੋਸ਼ ਹੋ ਜਾ ਸ਼ਾਬਾਸ਼ ਵਾਹ ਵਾਹ ਸ਼ਾਬਾਸ਼ ਪਹਿਲਵਾਨ ਜੀ ਸ਼ਾਬਾਸ਼ ਮੁਨੀਮ ਜੀ ਕੱਢੋ ਪੈਸੇ ਦੇਨਾ ਪਹਿਲਵਾਨ ਜੀ ਆ ਸਾਰੇ ਲੈ ਲਓਗੇ ਹਾਂ ਨਾ ਅੱਧੇ ਤੇ ਕਰ ਲਈਏ ਉਹ 10000 ਦੀ ਗੱਲ ਨਹੀਂ ਹੋਈ ਤੇ ਫਿਰ ਮੈਨੂੰ ਦਲਾਲੀ ਦੇ ਦਿਓ ਚੁੱਪ ਚੰਗਾ ਫਿਰ ਮੈਂ ਬੇਹੋਸ਼ ਨੂੰ ਲੈ ਜਾ ਬੇਹੋਸ਼ ਨੂੰ ਹਾਂ
ਪਹਿਲੇ ਜਾਣਾ ਤੇ ਆਪਣੀ ਜ਼ਿੰਮੇਵਾਰੀ ਤੇ ਲੈ ਜਾ। ਮੈਨੂੰ ਨਹੀਂ ਉਹ ਪਤਾ, ਜਾ ਲੈ ਜਾ। ਲਜਾਣਾ? ਹਾਂ, ਸ਼ਾਇਦ ਉੱਥੋਂ ਹੀ ਕੁਝ ਨਾਮ ਮਿਲ ਜਾਏ। ਹਾਂ, ਮਿਲ ਜਾਊ। ਜੰਗਲ ਪਾਣੀ ਗਿਆ ਸੀ ਨਾ, ਤੇ ਜੰਗਲ ਚ ਮੈਨੂੰ ਮਿਲ ਗਿਆ ਸ਼ੇਰ, ਤੇ ਮੈਨੂੰ ਦੇਖ ਕੇ ਪਾਣੀ ਪਾਣੀ ਹੋ ਗਿਆ, ਤੇ ਮੈਂ ਚਾਰ ਪੰਜ ਆਰਤੀਆਂ ਅੱਠ ਰੋਟੀਆਂ ਖਾ ਗਿਆ। ਕੌਣ ਮੈਂ? ਸ਼ੇਰ ਤਾਂ ਸ਼ੇਰ ਹੀ ਹੁੰਦਾ ਨਾ। ਉਹ ਤਾਂ ਹੈ। ਫਿਰ ਮੈਂ ਭੱਜ ਲਿਆ। ਭੱਜ ਲਿਆ? ਹਾਂ, ਉਹ ਜੇ ਮੈਂ ਨਾ ਭੱਜਦਾ ਤਾਂ ਉਹਨੇ ਮੇਰੀ ਪਾ ਕੇ ਗਲ ਚ ਪਾ ਦੇਣੀ ਸੀ ਪਨੈਣ। ਓਏ ਆ, ਤੂੰ ਚੰਗਾ ਕੀਤਾ ਭੱਜ ਲਿਆ, ਨਹੀਂ ਤੇ ਪਨੈਣ। ਫਿਰ ਮੈਂ ਅੱਗੇ, ਕਦੇ ਉਹ ਅੱਗੇ, ਕਦੇ ਮੈਂ ਪਿੱਛੇ, ਕਦੇ ਉਹ ਪਿੱਛੇ, ਉਹ ਟੋਏ ਦੇ ਉੱਤੇ, ਮੈਂ ਟੋਏ ਦੇ ਉੱਤੇ, ਉਹ ਟੋਏ ਥੱਲੇ, ਮੈਂ ਟੋਏ ਥੱਲੇ। ਫਿਰ ਮੈਂ ਖੜ ਗਿਆ, ਖੜ ਗਿਆ ਮੈਂ ਜੋਸ਼ ਨਾਲ। ਫਿਰ ਮੈਂ ਉਹਨੂੰ ਫੜ ਲਿਆ ਪੂਛ ਤੋਂ, ਤੇ ਪੂਛ ਇੱਕ ਦੋ ਤਿੰਨ ਸਾਰਿਆਂ ਨੂੰ ਮਾਰ ਕੇ ਛੱਡਤਾ। ਉਸ ਤੋਂ ਬਾਅਦ ਤਾਂ ਕੁਛ ਨਹੀਂ ਹੋਇਆ ਹੋਣਾ। ਉਹਦੇ ਬਾਅਦ ਵਾਹ ਤੇਰੇ, ਉਹਦੇ ਬਾਅਦ ਚੱਕਿਆ ਤੇ ਡੱਬੇ ਚ ਬੰਦ ਕਰਕੇ ਤੇ ਡੱਬੇ ਨੂੰ ਆਪਣੇ ਡਾਕੇ ਦੇ ਲਿਆ। ਹੁਣ ਮੇਰੇ ਕੋਲੇ ਆ ਇੱਥੇ। ਤੈਨੂੰ ਗੱਪ ਮਾਰ ਲਈਆਂ ਸ਼ਰਮ ਨਹੀਂ ਆਉਂਦੀ? ਓਏ, ਡੱਬੀ ਚ ਸ਼ੇਰ ਆ ਸਕਦਾ ਕਦੀ? ਓਏ, ਮੈਂ ਬੰਦ ਕੀਤਾ, ਤੈਨੂੰ ਮੈਂ ਦਿਖਾਉਣਾ ਇੱਥੇ ਸ਼ੇਰ ਹੈ। ਹੈਗਾ? ਹਾਂ ਅਸਲੀ ਪਿਓ ਦਾ ਪੁੱਤ ਹੋਵੇ। ਇਹ ਤੁਹਾਡੀ ਹਰਕਤ ਮੈਨੂੰ ਬਿਲਕੁਲ ਪਸੰਦ ਨਹੀਂ। ਇਹ ਤੇ ਸਰਾਸਰ ਠੱਗੀ ਹੈ। ਬੇਬੇ, ਇੱਕ ਠੱਗ ਨਾਲ ਠੱਗੀ ਮਾਰੀ ਹੈ ਨਾ, ਤੇ ਨਾਲੇ ਪੈਸੇ ਅਸਾਂ ਕਿਹੜੇ ਘਰ ਰੱਖਣੇ ਆ? ਗਰੀਬਾਂ ਦਾ ਮਾਲ ਗਰੀਬਾਂ ਚ ਵੰਡ ਦਿਆਂਗੇ, ਕਿਸੇ ਦੀ ਧੀ ਤਿਆਣੀ ਦੇ ਵਿਆਹ ਤੇ ਲਾ ਦਿਆਂਗੇ। ਲੋਕਾਂ ਦੀਆਂ ਧੀਆਂ ਦਾ ਬੜਾ ਖਿਆਲ ਹੈ, ਆਪਣੀ ਭੈਣ ਦੀ ਕੋਈ ਫਿਕਰ ਨਹੀਂ। ਦੋ ਮਹੀਨੇ ਹੋ ਗਏ ਚਿੱਠੀ ਨਹੀਂ ਆਈ। ਉਹ ਬੇਬੇ ਆਜੂਗੀ, ਪੜਾਈ ਵੜਾਈ ਚ ਲੱਗੀ। ਰਾਮ ਦਾਦਿਆ, ਤੂੰ ਮੇਰੇ 10,000 ਰੁਪਏ ਮਿੱਟੀ ਚ ਮਲਾਤੇ, ਤੂੰ ਹੁਣ ਲੋਕਾਂ ਨਾਲ ਰਲਿਆ ਹੋਇਆ ਹੈ। ਸਰਕਾਰ, ਮੈਂ ਆਪਣੀ ਸਹੁੰ ਖਾਨਾ, ਆਪਣੇ ਟੱਬਰ ਦੀ ਸਹੁੰ ਖਾਨਾ, ਮੈਂ ਉਹਨਾਂ ਨਾਲ ਨਹੀਂ ਰਲਿਆ ਹੋਇਆ। ਮੇਰੀ ਜਾਨ ਲੈ ਲਓ, ਪਰ ਮੇਰੀ ਵਫਾਦਾਰੀ ਦੇ ਸ਼ੱਕ ਨਾ ਕਰੋ। ਸ਼ੱਕ ਕਿਵੇਂ ਨਾ ਕਰਾਂ, ਤੈਨੂੰ ਪਤਾ ਨਹੀਂ ਸੀ ਕਿ ਉਹ ਦੋਵੇਂ ਸਕੇ ਭਰਾ ਨੇ? ਸਰਕਾਰ, ਮੈਨੂੰ ਤੁਹਾਡੀ ਸਹੁੰ, ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਦੋਨੋਂ ਸਕੇ ਭਰਾ ਆ। ਮੈਂ ਇਸ ਹੇਰਾ ਫੇਰੀ ਦਾ ਬਦਲਾ ਲੈ ਕੇ ਛੱਡੂਗਾ। ਰਣਜੀਤ, ਤੇਰੀਆਂ ਹਰਕਤਾਂ ਨੇ ਮੈਨੂੰ ਪਿੰਡ ਚ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਸਾਰਾ ਦਿਨ ਮੂੰਹ ਛੁਪਾ ਕੇ ਘਰ ਚ ਬੈਠੀ ਰਹਿੰਦੀ ਆ। ਜੇ ਤੈਨੂੰ ਮੇਰਾ ਕੋਈ ਖਿਆਲ ਨਹੀਂ ਤੇ ਘੱਟੋ ਘੱਟ ਆਪਣੇ ਬਾਰੇ ਤੇ ਸੋਚ। ਤੇਰੀ ਇੰਨੀ ਬਦਨਾਮੀ ਹੋ ਚੁੱਕੀ ਹੈ, ਕੁਛ ਤੇ ਸ਼ਰਮ ਕਰ। ਲੈ ਮਾਂ, ਮੈਂ ਸਹੁੰ ਖਾਨਾ, ਅੱਜ ਤੋਂ ਬਾਅਦ ਕੋਈ ਬੁਰਾ ਕੰਮ ਨਹੀਂ ਕਰਾਂਗਾ, ਜੋ ਤੂੰ ਕਹੇਂਗੀ ਉਹੀ ਕਰਾਂਗਾ। ਤੂੰ ਵਾਪਸ ਵੀ ਲੈ, ਆਪਣੇ ਮਾਮਾ ਕੋਲ ਚਲਾ ਜਾ। ਠੀਕ ਹੈ ਮਾਂ, ਮੈਂ ਚਲਾ ਜਾਵਾਂਗਾ, ਪਰ ਇੱਕ ਸ਼ਰਤ ਹੈ ਮੇਰੀ। ਤੇਰੀ ਖੁਸ਼ੀ ਲਈ ਮੈਂ ਸਭ ਕੁਛ ਕਰਨ ਨੂੰ ਤਿਆਰ ਹਾਂ। ਬੋਲ ਪੁੱਤਰਾ, ਕੀ ਸ਼ਰਤ ਹੈ ਤੇਰੀ? ਬਸ ਮਾਂ, ਮੇਰਾ ਵਿਆਹ ਗੁੱਡੀ ਨਾਲ ਕਰਵਾ ਦੇ, ਮੈਂ ਉਹਨੂੰ ਨਾਲ ਲੈ ਕੇ ਇੰਗਲੈਂਡ ਚਲਾ ਜਾਵਾਂਗਾ। ਠੀਕ ਹੈ, ਮੈਂ ਗੁੱਡੀ ਦੇ ਬਾਪੂ ਨਾਲ ਗੱਲ ਕਰਾਂਗੀ। ਲੰਬੜਦਾਰ ਨਹੀਂ ਹੈ, ਮੇਰੇ ਨਾਲ ਮਖੌਲ ਤਾਂ ਨਹੀਂ ਕਰ ਰਹੀ ਹੈ? ਮਖੌਲ ਨਹੀਂ ਭਰਾ ਜੀ, ਮੈਂ ਤੁਹਾਡੇ ਅੱਗੇ ਝੋਲੀ ਅਟ ਕੇ ਖੈਰ ਮੰਗਣ ਆਈ ਹਾਂ। ਆਪਣੀ ਗੁੱਡੀ ਨੂੰ ਮੇਰੀ ਝੋਲੀ ਚ ਪਾ ਦਿਓ। ਗੁੱਡੀ ਨੇ ਇੱਕ ਦਿਨ ਤੋਂ ਪਰਾਏਗਾ ਜਾਣਾ ਹੀ ਹੈ। ਤੇ ਫਿਰ ਮੈਂ ਰਿਸ਼ਤਾ ਪੱਕਾ ਸਮਝਾ? ਮੈਨੂੰ ਦੋ ਚਾਰ ਦਿਨ ਸੋਚਣ ਦਾ ਮੌਕਾ ਦਿਓ। ਠੀਕ ਹੈ, ਤੇ ਮੈਂ ਚੱਲਨੀ ਆ।
आओ सरकार, एक गल पुछा। पुछ। आ गुड्डी नाल तुहाडे व्याह दी गल तुहाडी मर्जी नाल हो रही है या लंबड़दारन दे हुक्म नाल? ओए सोचो कदी ऐडा होवे ते की होवे। ओए चाबी तेरी खो जाए प्यारिया, धर्म नाल चाबी तेरी खो जाए प्यारिया। ओए चाबी तेरी किधर गई मेरी चाबी, किधर गई? एक गाने गा के पता नहीं किन्ने मुंडिया ने किनिया कुड़िया फसा लिया, पर राज कपूरा तेरा ये गाना साड़ी चनी दे फेल हो गया। आयो मेरी चाबी छेड़न लगे डर आवे नी बोते परावा वालिए। ओ चनिए नी कदे सजना दा कहना मनिए। खोतिया मेरे मुंडे की मशूक नाल छिड़खानी करना, मैं तेरिया पसलियां भरा देनी है। आपके हाथों अपने आप नू मारी जाना। मेरे हाथ ने हो रहे तेरे प्यो दे हाथ है, दस तेन की होया? दस दस तेन होया की? दस दाया बड़ा प्यारा ते मिठा सपना आ रहा सी। सपना आ रहा सी? हाँ। की सपना आ रहा सी? चन्नी दे हाथ च मेरा हाथ। हाँ। मेरा हाथ चन्नी दे हाथ च। अच्छा। नेड़े आके। हाँ। जफी पा के। ओए साल्या मैनू मचाई जाना, गां भी बोलेगा। ओ गाना गा रहे सी। हाँ फिर इन्नी देर नू मुनीम आ गया। मुनीम तो आप ही आऊगा, जदों सारा खाना सुपने लाएगा तू। नाले मुनीम दा पुत्र आ गया। हाँ फिर दोबारा रल के मेरी तो खोली। ओए बस कर साल्या, हुण क्यों मरी जाना है? ए मुनीम नू ते मुनीम दे पुत नू, ए दोनों नू मैं अजा मसलूंगा। पुत नू प्यो पछाण नहीं आना ते प्यो नू पुत पछाण नहीं आना। ओ मैं भी जट दा पुत है। जट दा पुत? उदन ते तू कहना सा मैं राजपूत दा पुत आ। किदे उदे? आहो यार मैनू तो यह भी नहीं पता, पहले हिसाब करना पऊ भी राजपूत दे पुत है कि जट दे। चल 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 बुला दू बंब मैं। चल मैं चल। कबड्डी 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 कबड्डी। बुढ़े वारे कौडी कौडी करन दियो मुनीम जी, किथे दांदना तड़ा बैठे हो? सरकार कबड्डी दा ता बहाना बने, दरअसल तरमे ते करमे कोलों बदला लैण दा मौका मिले। मौका ओ कहे सरकार उन्हां दोनों नूं कबड्डी छारा के ते इनाम दा 10,000 रुपया जित के। ओ तरमू करमू दे हुंदिया तू ए मैच किवें जित सकदा मुनीमा? लो किहो जिहियां गल्लां करदे हो सरकार, उस करमे दे बच्चे नूं तो मेरा जग्गू पहलवान संभाल लऊ, बाकी रिहा तरमा जे उहनूं मैं कबड्डी दे मैदान च पहुंचण दित्ता तां ना। कबड्डी 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 इतने ही खेल लीए। हे
ਸ਼ਾਬਾਸ਼ ਮੇਰੇ ਪਟਿਓ, ਅੱਜ ਧਰਮੇ ਕਰਨ ਤੋਂ ਬਦਲਾ ਲੈ ਕੇ ਛੱਡਣਾ। ਧਰਮਾ ਹਾਲੇ ਤੱਕ ਨਹੀਂ ਆਇਆ, ਘਬਰਾ ਨਾ ਪੁੱਤਰਾ, ਉਹ ਛੇਤੀ ਆ ਜਾਵੇਗਾ। ਵਿਸਲ ਬਚ ਗਈ, ਚਲੋ ਦੇਖੀ ਜਾਊਗੀ, ਵਾਹਿਗੁਰੂ ਭਲੀ ਕਰੇਗਾ। ਬਾਬਾ ਜੀ, ਜੇ ਇਹਨਾਂ ਨੂੰ ਹੋਰ ਨੀ ਕੁੰਡਾ ਦੇਣਾ ਨੂੰ ਲੈ ਜਾਵਾਂ, ਮੈਂ ਕੀ ਕਹਿੰਦਾ ਹੈ? ਜਾ ਰਾਜਾ, ਸਾਥੀਓ
ਇਸ ਸਾਲ ਵੀ ਤਰਮੇ ਕਰਮੇ ਦੀ ਟੀਮ ਜਿੱਤੀ ਹੈ। ਇਹ ਸ਼ੀਲਡ ਔਰ ਇਨਾਮ ਦਾ 10,000 ਰੁਪਇਆ ਇਹਨਾਂ ਨੂੰ ਦਿੱਤਾ ਜਾਂਦਾ। ਸ਼ਾਮ, ਇਹ ਸ਼ਾਮ ਕੀ ਗੱਲ ਹੈ? ਤੂੰ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਿਉਂ ਨਹੀਂ ਕਰਦਾ ਪਿਆ? ਮੇਰੇ ਨਾਲ ਗੁੱਸੇ ਹੈ? ਨਹੀਂ। ਫਿਰ ਇਹ ਮੂੰਹ ਕਿਉਂ ਫੁਲਾਇਆ? ਨਹੀਂ ਤਾਂ ਮੈਂ 2 ਦਿਨ ਲਈ ਕਾਲਜ ਟੂਰ ਤੇ ਜਾ ਰਹੀ ਹਾਂ, ਸਾਰੀ ਉਮਰ ਲਈ ਥੋੜੀ ਜਾ ਰਹੀ ਹਾਂ। ਜੋਤੀ, ਸਾਨੂੰ ਹੁਣ ਕੋਈ ਜੁਦਾ ਨਹੀਂ ਕਰ ਸਕਦਾ, ਪਰ ਰੱਬ ਨਾ ਕਰੇ ਜਿੰਝ ਕਦੇ ਹੋ ਗਿਆ ਤਾਂ ਮੈਂ ਤੇਰੇ ਬਗੈਰ ਪਾਗਲ ਹੋ ਜਾਵਾਂਗਾ। ਸ਼ਾਮ, ਜੋਤੀ, ਮਾਂ, ਇਹ ਪੜਾਈ ਹੋ ਰਹੀ ਹੈ। ਮਾਂ ਜੀ, ਤੁਸੀਂ ਸਾਡੇ ਪਿਆਰ ਨੂੰ ਗਲਤ ਨਾ ਸਮਝਣਾ, ਅਸੀਂ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ। ਤੁਸੀਂ ਕੌਣ ਨੇ ਸ਼ਾਦੀ ਦਾ ਫੈਸਲਾ ਕਰਨ ਵਾਲੇ? ਚਲ ਮਾਂ, ਰਿਸ਼ਤਾ ਤੇ ਮੈਨੂੰ ਮਨਜ਼ੂਰ ਹੈ, ਪਰ ਪਹਿਲਾਂ ਲੈਣ ਦੇਣ ਦੀ ਗੱਲ ਕਰੋ। ਦੱਸੋ ਕੀ ਦਿਓਗੇ? ਮਹਿਤਾ ਜੀ, ਸੁੱਖ ਨਾਲ ਸਾਡੀ ਇੱਕੋ ਇੱਕ ਭੈਣ ਹੈ, ਦਾਜ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਇਹ ਤੇ ਠੀਕ ਹੈ, ਪਰ ਗੱਲ ਟੁੱਕ ਲੈਣੀ ਚੰਗੀ ਹੁੰਦੀ ਹੈ। ਚੰਗਾ, ਫਿਰ ਤੁਸੀਂ ਦੱਸੋ ਤੁਹਾਡੀ ਕੀ ਮੰਗ ਹੈ? ਜੇ ਮੇਰੀ ਮੰਗ ਸੁਣੋਗੇ ਤਾਂ ਤੁਹਾਨੂੰ ਦੇਣ ਲੱਗਿਆ ਤਕਲੀਫ ਹੋਵੇਗੀ। ਪਰ ਤੁਸੀਂ ਦੱਸੋ ਤਾਂ ਸਹੀ। ਜੇ ਦੇ ਸਕਦੇ ਹੋ ਤੇ ਕੱਢੋ ਰੁਪਈਆ। ਸਵਾ ਸਵਾ? ਹਾਂ, ਦਾਜ ਲੈਣ ਤੇ ਦੇਣ ਵਾਲੇ ਤੇ ਮੈਂ ਲਾਨਤ ਪਾਉਣਾ। ਇਸ ਕਲੰਕ ਨੂੰ ਮੈਂ ਸਮਾਜ ਵਿੱਚੋਂ ਕੱਢ ਦੇਣਾ ਚਾਹੁੰਦਾ। ਮਹਿਤਾ ਜੀ, ਬੜੇ ਉੱਚੇ ਵਿਚਾਰ ਨੇ ਤੁਹਾਡੇ। ਧੰਨ ਭਾਗ ਸਾਡੇ ਜਿਹੜਾ ਤੁਹਾਡੇ ਨਾਲ ਰਿਸ਼ਤਾ ਜੁੜਿਆ। ਹੁਣ ਦੱਸੋ ਮਹੂਰਤ ਕਦੋਂ ਕਢਵਾਈਏ? ਤੁਸੀਂ ਕੌਣ ਹੁੰਦੇ ਮਹੂਰਤ ਕਢਾਉਣ ਵਾਲੇ? ਮਹੂਰਤ ਮੈਂ ਕਢਵਾ ਚੁੱਕਾ, ਆਉਂਦੀ ਸੰਗਰਾਂਦ ਨੂੰ ਅਸੀਂ ਜੰਜ ਲੈ ਕੇ ਟੁੱਕਾਂਗੇ। ਜਾਓ ਤਿਆਰੀ ਕਰੋ, ਐਸੇ ਖੁਸ਼ੀ ਚ ਮੂੰਹ ਮਿੱਠਾ ਕਰੋ। ਓਏ ਤੂੰ, ਇਹ ਪਾਣੀ ਚ ਪੈਰ ਪਾਈ ਬੈਠੀ ਆ, ਜੇ ਪਾਣੀ ਨੂੰ ਅੱਗ ਲੱਗ ਗਈ ਫਿਰ? ਤੁਸੀਂ ਮਰ ਅੱਗ ਲਾਣਾ ਜਾਣਦੇ ਹੋ, ਬੁਝਾਣਾ ਨਹੀਂ। ਅੱਗ ਕਿੱਥੇ ਲੱਗੀ? ਅੱਗ ਮੈਂ ਅੱਗ ਵਿੱਚ ਸੜ ਕੇ ਮਨੁਰ ਹੋਣ ਦੀ ਜਾ ਰਹੀ ਹਾਂ, ਤੇ ਤੈਨੂੰ ਜਰਾ ਵੀ ਸੇਕ ਨਹੀਂ ਲੱਗਾ? ਮੈਂ ਸਿੱਧਾ ਸਾਦਾ ਜਿਹਾ ਜੱਟ, ਇਹ ਕੀ ਬੁਝਾਰਤਾਂ ਜੀਆਂ ਪਾਈ ਜਾਨੀ ਮੈਨੂੰ? ਬੁਝਾਰਤ ਤੋ ਤੂੰ ਮੈਨੂੰ ਬਣਾ ਦਿੱਤਾ ਏ, ਤੈਨੂੰ ਦੇਖੇ ਬਿਨਾ ਇਹ 2 ਦਿਨ ਕਿਵੇਂ ਕੱਟੇ ਹਾਂ, ਮੇਰਾ ਦਿਲ ਹੀ ਜਾਣਦਾ ਹੈ। ਓਹੋ, ਮੈਂ ਸਮਝ ਗਿਆ, ਮੈਂ ਤੈਨੂੰ ਖੁਸ਼ਖਬਰੀ ਸੁਣਾਉਣਾ ਹੈ। ਕੀ? ਜੋਤੀ ਦਾ ਵਿਆਹ ਪੱਕਾ ਹੋ ਗਿਆ। ਅੱਛਾ, ਜੋਤੀ ਦਾ ਵਿਆਹ ਪੱਕਾ ਹੋ ਗਿਆ? ਜੋਤੀ ਦਾ ਡੋਲਾ ਜਾਏਗਾ ਤੇ ਤੇਰਾ ਡੋਲਾ ਆਏਗਾ। ਇੰਨੀ ਛੇਤੀ ਮੇਰਾ ਡੋਲਾ ਤੇਰੇ ਘਰ ਆਏਗਾ? ਕਿਉਂ, ਹਾਲੇ ਤਾਂ ਧਰਮਾਵੀਰ ਬੈਠਾ ਹੈ। ਹਾਂ, ਕਬਾਬ ਚ ਹੱਡੀ ਜ਼ਰੂਰ ਹੈਗਾ। ਆਪ? ਮੈਂ ਤੁਹਾਡਾ ਟਰੱਕ ਵੇਖਿਆ, ਸੋਚਿਆ ਮਿਲ ਲਵਾਂ। ਬਹੁਤ ਚੰਗਾ ਕੀਤਾ, ਆਪਣਾ ਹੀ ਢਾਬਾ ਹੈ, ਦੱਸੋ ਕੀ ਪੀਓਗੇ? ਬੈਠੋ ਨਾ। ਬੈਠ ਤਾਂ ਜਾਨੀ ਆ, ਪਰ ਕਿਤੇ ਫਿਰ ਬੇਹੋਸ਼ ਨਾ ਹੋ ਜਾਣਾ।
ਆਜਾ ਆਜਾ ਜੋਤੀ, ਕੀ ਹਾਲ ਹੈ? ਠੀਕ ਹੈ ਨਾ? ਕੀ ਹਾਲ ਹੈ ਚੰਨੀ? ਬਸ ਮੁਨੀਮ ਜੀ, ਸਰਕਾਰ ਕਰਮੇ ਨਾਲੋਂ ਕੁੜੀ ਕੌਣ ਹੈ? ਉਹ ਲੰਬੀ ਪਤਲੀ ਗੰਦਲ ਵਰਗੀ ਮੇਰੀ ਮਸ਼ਹੂਰ ਹੈ ਸਰਕਾਰ। ਓ ਕਾਲੇ ਸੂਟ ਵਾਲੀ? ਉਹ ਕਰਮੇ ਧਰਮੇ ਦੀ ਭੈਣ ਹੈ ਜੀ, ਦੋਵੇਂ ਭਰਾ ਉਹ ਤੇ ਜਾਨ ਦਿੰਦੇ ਹੈ ਤੇ ਅਗਲੇ ਹਫਤੇ ਉਹਦੀ ਸ਼ਾਦੀ। ਇਹ ਸ਼ਾਦੀ ਨਹੀਂ, ਬਰਬਾਦੀ ਹੋਏਗੀ ਉਹਨਾਂ ਦੀ। ਜਗੋ ਜੀ ਸਰਕਾਰ, ਇਸ ਦਾ ਅਸਲੀ ਲਾੜਾ ਤੂੰ ਹੋਏਗਾ। ਸਮਝ ਗਿਆ ਸਰਕਾਰ। ਉਹ ਸੋਤਿਆ? ਹਾਂਜੀ। ਉਹ ਤੇਰਾ ਦੂਸਰਾ ਹੱਥ ਕਿੱਥੇ ਆ? ਦੋਵੇਂ ਹੈ ਜੀ, ਦੋਵੇਂ ਹੈ। ਓਏ ਤੂੰ ਜਾਨੀਆਂ ਮੂਹਰੇ ਨਗਰਾ ਲਾਉਣ ਨੂੰ ਕਿਹਾ ਸੀ? ਆਹੋ ਆਖਿਆ ਸੀ ਜੀ। ਪਹਿਲਾਂ ਮੈਨੂੰ ਕਰਕੇ ਵਿਖਾ, ਕਿਤੇ ਬਦਨਾਮੀ ਨਾ ਕਰੀ ਪਰਾਉਣੇ ਸਾਹਮਣੇ। ਬੜਾ ਡਰਦੇ ਹੋ? ਹੈ ਬਦਨਾਮੀ ਤੋਂ? ਚਲੋ ਉੱਠੋ, ਕਰੀ ਚਲੋ। ਹਾਂ ਚਲੋ, ਆਜਾ ਚਲ ਚਲੋ। ਲਿਆ ਵੀ ਖਵਾ। ਸ਼ੁਕਰੀਆ ਭਾਜੀ। ਉਹਦਾ ਜਿਵੇਂ 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 ਦੇ ਵਧਾਈਆਂ ਰੱਬ ਨੂੰ ਖਾਵੇ ਸਰ ਤੇ ਚੜਾਵੇ। ਟਕਣਾ ਟਕਣਾ ਓਏ, ਹਾਂ ਟਕਣਾ ਓਏ, ਮੱਖਣਾ ਓਏ, ਹਾਂ ਟਕਣਾ ਓਏ। ਸੁਣਿਆ ਤੂੰ ਵਿਆਹ ਕਰਾ ਲਿਆ? ਓਏ ਆਹੋ ਵਿਆਹ ਕਰਾਇਆ। ਉਹ ਵਿਆਹ ਕਰਾ ਲਿਆ? ਆਹੋ ਤੇ ਭਾਬੀ ਨਾਲ ਮੁਲਾਕਾਤ ਤਾਂ ਕਰਾ ਦੇ। ਭਾਬੀ ਨਾਲ? ਹਾਂ। ਆ ਜੀ ਪਿੰਡ ਵਿਖਾ ਲੈਂਗੇ ਤੈਨੂੰ ਤੇਰੀ ਭਾਬੀ। ਉਹ ਪਿੰਡ ਆ ਜੀ। ਆਹੋ ਘਰ ਦਾ ਪਤਾ ਸਦਾ ਦੱਸ। ਉਹ ਤੂੰ ਪਿੰਡ ਆ ਜੀ। ਹਾਂ ਤੇ ਜਿਹੜੇ ਚਮਾਰੇ ਦੇ ਕਾਂ ਬੈਠਾ ਉਹ ਉਹਦੇ ਅੰਦਰ ਵੜ ਜੀ। ਲੈ ਓਏ, ਕਾਂ ਕਿਸੇ ਹੋਰ ਚਮਾਰੇ ਬੈਠਾ ਹੋਇਆ ਫੇਰ? ਤੇ ਤੂੰ ਜੁੱਤੀਆਂ ਹੀ ਖਾਣੀਆਂ, ਜਿੱਥੋਂ ਮਰਜ਼ੀ ਖਾ ਲਈ। ਓਏ ਫਿੱਟੇ ਮੂੰਹ ਤੇਰਾ। ਤੇ ਬਾਬਾ ਜੀ ਠੀਕ ਹੈ ਨਾ? ਵਾਹ ਵਾਹ, ਹੋਰ ਕਰੋ। ਚਲੋ ਚਲ ਚਲ ਚਲ। ਹਾਂ ਚਲ। ਓ ਮੱਖਣਾ। ਹਾਂ ਟਕਣਾ। ਗੱਲ ਸੁਣ। ਹਾਂ। ਤੂੰ ਵਿਆਹ ਤਾਂ ਕਰਾ ਲਿਆ? ਆਹੋ। ਤੇ ਭਾਬੀ ਨੂੰ ਸੈਰ ਸੁਰ ਕਰਾਈ ਕਿ ਨਹੀਂ? ਓ ਮੈਂ ਤੇਰੀ ਭਾਬੀ ਨੂੰ ਸੈਰ ਕਰਾਉਣ ਗਿਆ, ਹੋਟਲ ਲੈ ਗਿਆ। ਅੱਛਾ। ਹਾਂ। ਕਿੱਥੇ? ਹੋਟਲ ਲੈ ਗਿਆ। ਅੱਛਾ ਹੋਟਲ। ਉਹ ਮੈਂ ਕਿਹਾ ਇੱਥੇ ਇੱਕ ਰਾਤ ਦੇ ਕਿੰਨੇ ਪੈਸੇ? ਹਾਂ। ਕਹਿੰਦਾ ਜੀ 50 ਰੁਪਏ। ਵਾਹ। ਮੈਂ ਕਿਹਾ ਗੱਲ ਹੀ ਕੋਈ ਨਹੀਂ, ਬੱਲੇ ਆਪਾਂ ਫਿਰ ਉੱਥੇ ਇੱਕ ਰਾਤ ਰਹੇ। ਅੱਛਾ। ਤੇ ਸਵੇਰੇ ਲੱਗਾ ਮੈਂ ਵਾਪਸ ਆਉਣ। ਹਾਂ। ਤੇ ਮੈਨੇਜਰ ਨੇ ਮੈਨੂੰ 100 ਰੁਪਏ ਦਾ ਬਿੱਲ ਦੇਤਾ। ਅੱਛਾ। ਮੈਂ ਕਿਹਾ ਉਹ ਇਹ ਕੀ? ਹਾਂ। ਕਹਿੰਦਾ ਜੀ 50 ਰੁਪਏ ਰਾਤ ਦੇ ਰਹਿਣ ਦੇ ਤੇ 50 ਰੁਪਏ ਰਾਤ ਦੀ ਰੋਟੀ ਦੇ। ਠੀਕ ਹੈ। ਮੈਂ ਕਿਹਾ ਰੋਟੀ ਤਾਂ ਅਸੀਂ ਖਾਧੀ ਨਹੀਂ, ਰੋਟੀ ਤੇ ਬਾਹਰ ਖਾਧੀ ਹੈ। ਠੀਕ ਹੈ। ਉਹ ਕਹਿੰਦਾ ਜੀ ਤੁਸੀਂ ਰੋਟੀ ਖਾਓ ਨਾ ਖਾਓ, ਰੋਟੀ ਤਿਆਰ ਸੀ, ਪੈਸੇ ਦੇਣੇ ਹੀ ਪੈਣੇ ਆ। ਮੈਂ ਕਿਹਾ ਚੰਗਾ ਫਿਰ ਤੂੰ 500 ਰੁਪਇਆ ਕੱਢ। ਹਾਂ। ਉਹ ਕਹਿੰਦਾ ਖਾਦਾ। ਉਹ ਮੈਂ ਕਿਹਾ ਤੂੰ ਮੇਰੀ ਜਨਾਨੀ ਨੂੰ ਛੇੜਿਆ। ਠੀਕ ਹੈ। ਉਹ ਕਹਿੰਦਾ ਮੈਂ ਤਾਂ ਛੇੜਿਆ ਹੀ ਨਹੀਂ। ਮੈਂ ਕਿਹਾ ਤੂੰ ਛੇੜ ਨਾ ਛੇੜੋ ਤਿਆਰ ਸੀ। ਫਿੱਟੇ ਮੂੰਹ ਤੇਰਾ। ਓ ਮੱਖਣਾ। ਓਏ ਹਾਂ ਟਕਣਾ। ਓਏ ਮੱਖਣਾ। ਓਏ ਹਾਂ ਟਕਣਾ। ਓ ਗੱਲ ਸੁਣ। ਹਾਂ। ਓ ਸੁਣਿਆ ਤੂੰ ਬੰਬਈ ਗਿਆ ਸੀ? ਓਏ ਆਹੋ ਮੈਂ ਬੰਬਈ ਗਿਆ ਸੀ। ਓਏ ਉੱਥੇ ਕੁਝ ਦੇਖਿਆ? ਓ ਮੈਂ ਨਾ ਬੜਾ ਕੁਝ ਵੇਖਿਆ। ਪੁੱਛ ਵੀ ਨਾ। ਓਏ ਛੱਡ ਗੱਲਾਂ ਦੇ। ਹਾਂ ਦੱਸ। ਉੱਥੇ ਮੀਮਾ ਵੇਖੀਆਂ। ਆਪਾਂ ਸਮੁੰਦਰ ਵੇਖਿਆ। ਬੱਲੇ। ਓ ਗੱਲ ਸੁਣ। ਹਾਂ। ਓਏ ਸਮੁੰਦਰ ਦੇਖਿਆ, ਮੀਮਾ ਦੇਖਿਆ, ਕੋਈ ਐਕਟਰ ਉਕਟਰ ਮਿਲਿਆ ਕਿ ਨਹੀਂ? ਓਏ ਆਹੋ ਮੈਂ ਮਿਲਿਆ ਸੀ ਧਰਮਿੰਦਰ ਨੂੰ। ਅੱਛਾ। ਓਏ ਆਪਣਾ ਯਾਰ ਆ ਉਹ। ਤੇਰਾ ਯਾਰ ਹੈ? ਆਹੋ। ਓਏ ਉਹ ਤਾਂ ਤੈਨੂੰ 10 ਸਾਲ ਵੱਡਾ। ਓਏ ਫੇਰ ਕੀ ਹੋਇਆ, ਆਪਾਂ ਇਕੱਠੇ ਹੀ ਪੜ੍ਹੇ ਆ। ਇਕੱਠੇ ਪੜ੍ਹੇ ਆ? ਓਏ ਆਪਾਂ ਹੈਗੇ ਅੰਡਰਵੀਅਰ ਫਰੈਂਡ। ਓਏ ਅੰਡਰਵੀਅਰ ਫਰੈਂਡ ਨਹੀਂ ਸਮਝਿਆ? ਆ ਕੀ ਹੁੰਦਾ? ਉਹ ਲੰਗੋਟੀ ਹੈ ਯਾਰ। ਓ ਸਮਝ ਗਿਆ ਸਮਝ ਗਿਆ। ਮੈਂ ਇਹਨੂੰ ਪੁੱਛਿਆ ਸੁਣਾ ਓਏ। ਹਾਂ। ਤੂੰ ਉੱਥੇ ਆ ਗਿਆ? ਆਹੋ। ਤੇ ਉੱਥੇ ਤੂੰ ਬੋਲਦਾ ਸੀ ਪੰਜਾਬੀ? ਅੱਛਾ। ਇੱਥੇ ਕੋਈ ਅੰਗਰੇਜ਼ੀ ਗੁਰੂ ਜੀ ਵੀ ਸਿੱਖਿਆ ਕਿ ਨਹੀਂ? ਕਹਿੰਦਾ ਬੜੀ ਅੰਗਰੇਜ਼ੀ ਆਉਂਦੀ, ਜੋ ਮਰਜ਼ੀ ਪੁੱਛ। ਓ ਬੱਲੇ ਬੱਲੇ। ਮੈਂ ਕਿਹਾ ਫਿਰ ਇਹ ਦੱਸ ਵੀ ਜੇ ਤੂੰ ਕਿਸੇ ਕੁੜੀ ਨੂੰ ਕਹਿਣਾ ਹੋਵੇ ਇੱਧਰ ਆ, ਤੇ ਕੀ ਆਖੇਗਾ? ਕਹਿੰਦਾ ਮੈਂ ਕਹੂੰਗਾ ਕਮ ਹੇਅਰ। ਤੇ ਮੈਂ ਕਿਹਾ ਜੇ ਤੂੰ ਕਹਿਣਾ ਹੋਵੇ ਪਰੇ ਜਾ, ਫਿਰ ਕੀ ਕਹੇਗਾ? ਕਹਿੰਦਾ ਪਰੇ ਜਾਣ ਵਾਸਤੇ ਆਪਾਂ ਉਹਨੂੰ ਕਹਿਣਾ ਹੀ ਨਹੀਂ। ਤੇਰਾ ਮੱਖਣਾ। ਓ ਮੱਖਣਾ। ਓਏ ਹਾਂ ਟਕਣਾ। ਓ ਗੱਲ ਸੁਣ। ਹਾਂ। ਓ ਸੁਣਿਆ ਪਿੱਛੇ ਜਾ ਤੂੰ ਆਪਣਾ ਨਾਂ ਰੱਖਿਆ ਸੀ? ਆਹੋ ਨਾਂ ਰੱਖਿਆ।
ਕੀ ਰੱਖਿਆ ਸੀ ਨਾਂ? ਬਹੁਤ ਵਧੀਆ ਨਾਂ ਰੱਖਿਆ, ਬਹੁਤ ਵਧੀਆ, ਬੜਾ ਵਧੀਆ ਨਾਂ ਰੱਖਿਆ। ਇਹ ਜਿਹਾ ਉੱਲੂ ਦਾ ਪੱਠਾ। ਕਿੰਨਾ ਸੋਹਣਾ ਨਾਂ ਹੈ, ਬਹੁਤ ਸੋਹਣਾ। ਹਾਂ ਤੈਨੂੰ ਪਸੰਦ ਹੈ? ਹਾਂ ਤੂੰ ਰੱਖ ਲੈ, ਮੈਂ ਕੋਈ ਹੋਰ ਰੱਖ ਲਾਂ। ਤੇਰਾ ਬਾਬੂਜੀ, ਬਾਬੂਜੀ ਉਹ ਬਸ ਬਸ ਕੋਈ ਨਾ, ਚਲੋ ਚੁੱਕੋ ਕੁਰਸੀਆਂ ਜਲਦੀ ਜਲਦੀ, ਚਲੋ ਰੱਖੋ। ਹਾਂ ਚਲ ਰੱਖ ਦੇ ਇੱਥੇ, ਚਲੇ ਵੀ ਚੁੱਕ। ਸਭ ਕੰਮ ਠੀਕ ਆ ਬਈ? ਹਾਂ ਫਸਟ ਕਲਾਸ ਹੋ ਰਿਹਾ। ਮਾਂ ਮੈਂ ਸਮਾਨ ਲਿਆ। ਲੈ ਲਾ ਮਹਿੰਦਰ, ਜਾ ਜਾ ਤੂੰ ਵੀ ਨਾਲ ਜਾ, ਛੇਤੀ ਜਾ ਨਾ। ਜਾ ਨਾ, ਉਹ ਤੂੰ ਕੀ ਕਰ ਰਿਹਾ, ਚੱਲ ਜਲਦੀ। ਹਾਂ ਚਲੋ ਜਲਦੀ ਜਲਦੀ ਕਰੋ, ਟਾਈਮ ਹੋ ਗਿਆ। ਕਰੋ ਬਈ, ਉਹ ਛੇਤੀ ਜਾ, ਬਰਾਤ ਆਉਣ ਵਾਲੀ ਹੈ। ਉਹ ਚਲੋ ਬਈ ਜਲਦੀ, ਟਾਈਮ ਹੋ ਗਿਆ, ਚਲੋ। ਕਲੀ ਛੱਡ ਕੇ ਨਾ ਜਾ, ਮੇਰਾ ਤਾਂ ਦਿਲ ਘਬਰਾ ਰਿਹਾ। ਹੁਣੇ ਦਿਲ ਘਬਰਾ ਰਿਹਾ ਹੈ, ਹਾਲੇ ਤਾਂ ਬਾਰਾਤ ਆਈ ਹੈ। ਇਸ ਤਰ੍ਹਾਂ ਦੀ ਗੱਲ ਨਾ ਕਰ, ਮੈਨੂੰ ਸ਼ਰਮ ਆਉਂਦੀ ਹੈ। ਨਹੀਂ, ਮੇਰੇ ਕੋਲੋਂ ਕਿਉਂ ਸ਼ਰਮਾ ਰਹੀ ਹੈ? ਸ਼ਰਮਾਈ ਆਪਣੇ ਦੂਲੇ ਦੇ ਸਾਹਮਣੇ। ਕੌਣ ਹੈ ਤੂੰ? ਅਸਲੀ ਲਾੜਾ। ਚੱਲ ਜੋਤੀ, ਚੱਲੀਆਂ ਤੂੰ? ਤੁਹਾਨੂੰ ਗੁੱਡੀ ਨੇ ਬੁਲਾਇਆ।
ਹੋਰ ਮਾਰ ਚੀਖਾਂ ਚੀਖ, ਹੋਰ ਮਾਰ ਚੀਖਾਂ, ਇੱਥੇ ਦੂਰ ਦੂਰ ਤੱਕ ਤੇਰੀਆਂ ਚੀਖਾਂ ਸੁਣਨ ਵਾਲਾ ਕੋਈ ਨਹੀਂ। ਜਾਣ ਦੇ ਮੈਨੂੰ ਤੇਰੀ ਪੈਰ ਪੈਂਦੀ ਆ, ਰੱਬ ਦੇ ਵਾਸਤੇ ਮੈਨੂੰ ਛੱਡ ਦੇ ਜਿਸਮ ਮੇਰੇ ਸ਼ਾਮ ਦੀ ਅਮਾਨਤ ਹੈ। ਜੋਤੀ ਵੀਰਾ, ਜੋਤੀ ਵੀਰਾ, ਐ ਤੂੰ ਕੀ ਕੀਤਾ ਕਮੀਨਿਆ ਕੁੱਤਿਆ? ਹੁਣ ਅੱਗੇ ਵੱਧ, ਦੇਖ ਦੇਖ ਮੇਰਾ ਵੀਰ ਆ ਗਿਆ। ਵੀਰਾ ਤੂੰ ਉਹਨੇ ਛੱਡੀ ਨਾ, ਵੀਰਾ ਤੂੰ ਉਹਨੇ ਛੱਡੀ ਨਾ, ਵੀਰਾ ਜੋਤੀ ਜੋਤੀ
ਜੋਤੀ ਚਾਵਾਂ ਤੇ ਲਾਡਾਂ ਨਾਲ ਪਲੀ ਮੇਰੀ ਧੀ ਨੂੰ ਕੀ ਹੋਇਆ? ਇਹਨੂੰ ਮੰਜੀ ਤੇ ਕਿਉਂ ਪਾਇਆ ਹੈ? ਇਹਦਾ ਤੇ ਅੱਜ ਵਿਆਹ ਹੈ। ਗੁੱਟ ਮੇਰੀ ਧੀਏ, ਉੱਠ ਜਾ ਪੁੱਤਰ, ਉੱਠ ਜਾ, ਉੱਠ ਜਾ। ਨੀ ਕੁੜੀਓ, ਤੁਸੀਂ ਚੁੱਪ ਕਿਉਂ ਹੋ? ਸੁਹਾਗ ਗਾਓ, ਗਾਓ। ਜੋਤੀ ਨਹੀਂ ਰਹੀ ਵਾ, ਜੋਤੀ, ਜੋਤੀ, ਕੀ ਹੋਇਆ ਜੋਤੀ? ਜੋਤੀ ਉੱਠ ਜਾ, ਜੋਤੀ, ਜੋਤੀ, ਜੋਤੀ ਉੱਠ ਜਾ, ਜੋਤੀ। ਮੀ ਲਾਰਡ, ਪੁਲਿਸ ਦੀ ਰਿਪੋਰਟ, ਗਵਾਹਾਂ ਦੇ ਬਿਆਨਾਤ ਤੇ ਮੁਲਜ਼ਮ ਦੇਖਭਾਲ ਜੁਰਮ ਤੋਂ ਬਾਅਦ ਕਿਸੇ ਕਿਸਮ ਦੀ ਬਹਿਸ ਜਾਂ ਸ਼ਹਾਦਤ ਦੀ ਲੋੜ ਨਹੀਂ ਰਹਿੰਦੀ। ਲਿਹਾਜ਼ਾ ਮੈਂ ਅਦਾਲਤ ਨੂੰ ਦਰਖਾਸਤ ਕਰਾਂਗਾ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏ ਤਾਂ ਕਿ ਲੋਕਾਂ ਨੂੰ ਸਬਕ ਮਿਲੇ। ਯੋਰ ਆਨਰ, ਜਿਹੜੇ ਹਾਲਾਤ ਵਿੱਚ ਮੁਲਜ਼ਮ ਨੇ ਜੱਗੂ ਦਾ ਕਤਲ ਕੀਤਾ ਉਸ ਤੇ ਰੋਸ਼ਨੀ ਪਾਉਣੀ ਬਹੁਤ ਜ਼ਰੂਰੀ ਹੈ। ਮੈਂ ਸਰਕਾਰੀ ਵਕੀਲ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਜੱਗੂ ਜੋਤੀ ਨੂੰ ਕਿਉਂ ਚੁੱਕ ਕੇ ਲੈ ਗਿਆ? ਉਹਦੀ ਇੱਜ਼ਤ ਲੁੱਟਣ ਵਾਸਤੇ ਮਿਲਾਰਡ, ਤੇ ਉਸ ਵਿਚਾਰੀ ਨੇ ਆਪਣੀ ਇੱਜ਼ਤ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਮੈਂ ਸਰਕਾਰੀ ਵਕੀਲ ਤੋਂ ਪੁੱਛਦੀ ਹਾਂ ਕਿ ਦੁਨੀਆ 'ਚ ਕੋਈ ਇਹੋ ਜਿਹਾ ਪਰਾਇਆ ਹੈ ਜਿਹੜਾ ਆਪਣੀ ਭੈਣ ਦੀ ਲਾਸ਼ ਵੇਖ ਕੇ ਚੁੱਪ ਰਹਿ ਸਕੇ? ਆਬਜੈਕਸ਼ਨ ਮਿਲਾਰਡ। ਵਕੀਲ ਸਾਹਿਬਾ, ਭੈਣ ਭਰਾ ਦੇ ਰਿਸ਼ਤੇ ਦੇ ਜਜ਼ਬਾਤ ਨਾਲ ਅਦਾਲਤ ਨੂੰ ਉਲਝਾ ਕੇ ਖਾਮ ਖਾ ਵਕਤ ਜ਼ਾਇਆ ਕਰ ਰਹੇ ਨੇ। ਖੂਨ ਖੂਨ ਹੈ, ਕਤਲ ਕਤਲ ਹੈ, ਜਿਹਦੀ ਸਜ਼ਾ ਮੌਤ ਹੈ, ਸਿਰਫ ਮੌਤ। ਆਬਜੈਕਸ਼ਨ ਓਵਰ ਰੂਲਡ। ਬਿਆਨ ਜਾਰੀ ਰਵੇ। ਮਿਲਾਰਡ, ਜੱਗੂ ਨੇ ਜੋ ਕਮੀਨੀ ਹਰਕਤ ਕੀਤੀ ਉਸ ਤੋਂ ਜ਼ਾਹਿਰ ਹੁੰਦਾ ਹੈ ਕਿ ਜੱਗੂ ਇੱਕ ਪੇਸ਼ੇਵਰ ਗੁੰਡਾ ਸੀ। ਮੈਂ ਅਦਾਲਤ ਅੱਗੇ ਬੇਨਤੀ ਕਰਦੀ ਹਾਂ ਕਿ ਮੈਨੂੰ ਜੱਗੂ ਦੀ ਇਸ ਪਿੰਡ 'ਚ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਦੇ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਵਕਤ ਦਿੱਤਾ ਜਾਏ। ਆਬਜੈਕਸ਼ਨ ਮਿਲਾਰਡ। ਵਕਤ ਦਾ ਕੀ ਮਤਲਬ? ਆਬਜੈਕਸ਼ਨ ਓਵਰ ਰੂਲਡ। ਟਾਈਮ ਗ੍ਰਾਂਟਿਡ। ਇਹ ਮੁਕੱਦਮਾ 15 ਦਿਨਾਂ ਵਾਸਤੇ ਮੁਲਤਵੀ ਕੀਤਾ ਜਾਂਦਾ ਹੈ। ਕੁਛ ਪਤਾ ਨਹੀਂ ਲੱਗਿਆ। ਆਸ਼ਾ ਜੀ ਨਮਸਤੇ। ਆਸ਼ਾ ਜੀ, ਅਸੀਂ ਤੁਹਾਡਾ ਦੇਣਾ ਤਾਂ ਨਹੀਂ ਦੇ ਸਕਦੇ, ਪਰ ਇਹ ਫੀਸ। ਮਿਸਟਰ ਕਰਮਾ, ਮੈਂ ਇਹ ਮੁਕੱਦਮਾ ਪੈਸੇ ਦੇ ਖਾਤਰ ਨਹੀਂ ਲੜ ਰਹੀ। ਮੈਂ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਧਰਮਾਂ ਦੇ ਕਿਸੇ ਕੰਮ ਆ ਰਹੀ ਹਾਂ। ਧਰਮਾ ਇੱਕ ਦੇਵਤਾ ਹੈ, ਉਸਨੇ ਮੇਰੀ ਇੱਜ਼ਤ ਬਚਾਈ, ਮੈਂ ਉਹਦੇ ਵਾਸਤੇ ਇੰਨਾ ਵੀ ਨਹੀਂ ਕਰ ਸਕਦੀ। ਬੇਟੀ, ਤੂੰ ਸਾਡੇ ਵਾਸਤੇ ਦੇਵੀ ਦਾ ਰੂਪ ਹੈ। ਮੇਰੇ ਧਰਮੇ ਨੂੰ ਤੇਰੇ ਸਿਵਾ ਕੋਈ ਨਹੀਂ ਬਚਾ ਸਕਦਾ, ਉਹਨੂੰ ਬਚਾ ਲੈ। ਦੇਖ, ਇਹ ਮੇਰੇ ਰਾਮ ਔਰ ਲਕਸ਼ਮਣ ਦੀ ਜੋੜੀ ਨੂੰ ਟੁੱਟਣ ਨਾ ਦੇਈਂ। ਜੇ ਤੁਸੀਂ ਮੈਨੂੰ ਬੇਟੀ ਕਹਿ ਦਿੱਤਾ ਤੇ ਮੇਰੇ ਤੇ ਵਿਸ਼ਵਾਸ ਰੱਖੋ। Ha ha ha.
ਮਾਂ ਤੇਰੇ ਅੱਖਾਂ ਚ ਫਿਰ ਅਥਰੂ, ਮੈਂ ਤੈਨੂੰ ਕਿੰਨੀ ਵਾਰੀ ਕਿਹਾ ਤੂੰ ਰੋਇਆ ਨਾ ਕਰ। ਮੈਂ ਤੇ ਬਥੇਰਾ ਆਪਣੇ ਮਨ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਕੀ ਕਰਾਂ, ਡਰ ਲੱਗਦਾ ਹੈ ਕਿਧਰੇ ਤਰਮੇ ਨੂੰ ਵੀ। ਤੂੰ ਫਿਕਰ ਨਾ ਕਰ ਮਾਂ, ਇਸ ਸਾਲ ਮਾਤਾ ਦੀ ਕਿਰਪਾ ਨਾ ਆਪਣੀ ਫਸਲ ਬਹੁਤ ਹੋਈ ਆ, ਮੈਂ ਸਾਰੀ ਫਸਲ ਵੇਚ ਕੇ ਨਾ ਧਰਮੇ ਦੇ ਮੁਕੱਦਮੇ ਤੇ ਲਾ ਦਾਂਗਾ। ਇਸ ਤਰ੍ਹਾਂ ਤਾਂ ਧਰਮੇ ਨੂੰ ਛੁੜਾ ਲਓ। ਫਸਲ ਮੰਡੀ ਪਹੁੰਚਣ ਦਿਆਂਗੇ ਤਦ ਨਾ। ਰਣਜੀਤ ਦੇ ਬੰਦਿਆਂ ਨੇ ਆਪਣੀ ਫਸਲ ਨੂੰ ਅੱਗ ਲਾ ਦਿੱਤੀ। ਕੀ ਕਹਿ ਰਿਹਾ ਤੂੰ? ਮੈਂ ਸੱਚ ਕਹਿ ਰਿਹਾ, ਸਾਰੀ ਫਸਲ ਸੜ ਕੇ ਸਵਾਹ ਹੋ ਗਈ ਹੈ। ਰਣਜੀਤ ਕਰਮੇ, ਹੋਸ਼ ਹੀ ਚਾ ਕਰਮੇ। ਰਣਜੀਤ ਟੱਕਰ ਲੈਣੀ ਇੰਨੀ ਸੌਖੀ ਨਹੀਂ।
ਕਿਆ ਕਰਮਾ ਤੂੰ ਹਰ ਜਾ ਮਾਂ ਇਸ ਕਮੀਨੇ ਨੇ ਮੇਰੀਆਂ ਫਸਲਾਂ ਨੂੰ ਅੱਗ ਲਾਈ ਆ ਮੈਂ ਇਹਨੂੰ ਜ਼ਿੰਦਾ ਜਲਾ ਦਾਂਗਾ ਪੁੱਤਰ ਜ਼ਰਾ ਸੋਚ ਤੇਰੇ ਪਿਓ ਦੇ ਹੱਥੋਂ ਕਤਲ ਹੋਇਆ ਤੇ ਉਹਨਾਂ ਨੂੰ ਫਾਂਸੀ ਹੋ ਗਈ ਤੇਰਾ ਵੱਡਾ ਵੀਰ ਕਤਲ ਦੇ ਇਲਜ਼ਾਮ ਵਿੱਚ ਜ਼ਿੰਦਗੀ ਤੇ ਮੌਤ ਨਾਲ ਖੇਡ ਰਿਹਾ ਤੇ ਹੁਣ ਤੂੰ ਨਹੀਂ ਪੁੱਤਰ ਨਹੀਂ ਰੱਬ ਨਾ ਕਰੇ ਤੈਨੂੰ ਕੁਝ ਹੋ ਗਿਆ ਤੇ ਮੇਰੀ ਚਿਤਾ ਨੂੰ ਕੌਣ ਅੱਗ ਲਾਏਗਾ ਮੈਂ ਕੁਛ ਨਹੀਂ ਸੁਣਾਂਗਾ ਤੂੰ ਹਟ ਜਾ ਮਾਂ ਤੇ ਫਿਰ ਪਹਿਲਾਂ ਮੈਨੂੰ ਮਾਰ ਮਾਰ ਤੂੰ ਬਹੁਤ ਕਿਸਮਤ ਵਾਲਾ ਰਣਜੀਤ ਜਿਹਦੇ ਲਈ ਮੇਰੀ ਮਾਂ ਦੇ ਅੱਖਾਂ 'ਚ ਅਥਰੂ ਆਏ ਨੇ ਤੇ ਜੱਟ ਦੀ ਮਾਂ ਦੇ ਅਥਰੂ ਬਹੁਤ ਕੀਮਤੀ ਹੁੰਦੇ ਆ ਜਾ ਤੈਨੂੰ ਮਾਫ਼ ਕੀਤਾ ਪੁੱਤਰਾ ਰਣਜੀਤ ਨੇ ਮੇਰੀਆਂ ਫਸਲਾਂ ਸਾੜੀਆਂ ਤੇ ਮੈਂ ਚੁੱਪ ਚਾਪ ਬੈਠਾ ਦੇਖਦਾ ਰਹਿੰਦਾ ਕਰਮਾ ਮੈਂ ਤੈਨੂੰ ਬਦਲਾ ਲੈਣ ਤੇ ਨਹੀਂ ਰੋਕਦੀ ਪਰ ਦੁਸ਼ਮਣ ਤੇ ਕਰ ਤੂੰ ਇਸ ਤਰ੍ਹਾਂ ਚਲਾ ਗਿਆ ਸੋਚ ਜੇ ਤੈਨੂੰ ਕੁਛ ਹੋ ਜਾਂਦਾ ਤਾਂ ਮੇਰਾ ਕੀ ਹੁੰਦਾ ਕਦੇ ਮੇਰੇ ਬਾਰੇ ਸੋਚਿਆ ਹੈ ਤੇਰਾ ਕੀ ਮਤਲਬ ਹੈ ਮੈਂ ਤੇਰੇ ਬਾਰੇ ਕਦੇ ਨਹੀਂ ਸੋਚਦਾ ਕੀ ਸੋਚਦਾ ਹੈ ਕਈ ਦਿਨਾਂ ਤੋਂ ਬਾਪੂ ਬਹੁਤ ਬਿਮਾਰ ਹੈ ਤੈਨੂੰ ਪਤਾ ਹੈ ਉਹਨਾਂ ਦਾ ਕੋਈ ਭਰੋਸਾ ਨਹੀਂ ਕਰਮਾ ਇੱਕ ਵਾਰੀ ਆ ਕੇ ਬਾਪੂ ਨਾਲ ਗਲਤਾਂ ਕਰ ਲੈ ਕੱਲ ਨੂੰ ਧਰਮਵੀਰ ਦੀ ਪੇਸ਼ੀ ਹੈ ਮੈਂ ਉਸ ਤੋਂ ਬਾਅਦ ਜ਼ਰੂਰ ਬਾਪੂ ਨੂੰ ਮਿਲਾਂਗਾ ਔਰ ਆਸ਼ਾ ਨੇ ਕਿਹਾ ਕਿ ਐਤ ਕੀ ਧਰਮਾ ਜ਼ਰੂਰ ਬਰੀ ਹੋ ਜਾਏਗਾ ਮੈਨੂੰ ਪੂਰਾ ਭਰੋਸਾ ਹੈ ਯੋਰ ਆਨਰ ਮੇਰਾ ਸ਼ੱਕ ਬਿਲਕੁਲ ਠੀਕ ਨਿਕਲਿਆ ਜੇ ਕੋਈ ਖਤਰਨਾਕ ਮੁਜਰਮ ਸੀ ਉਹਦਾ ਅਸਲੀ ਨਾਮ ਵਿਕਰਮ ਸਿੰਘ ਸੀ ਉਹ ਬਰੇਲੀ ਦਾ ਰਹਿਣ ਵਾਲਾ ਸੀ ਉਹਨੇ ਲਖਨਊ ਦੀ ਇੱਕ ਬੈਂਕ ਵਿੱਚ ਡਾਕਾ ਮਾਰਿਆ ਪੰਜ ਬੰਦੇ ਕਤਲ ਕੀਤੇ ਤੇ 10 ਲੱਖ ਰੁਪਿਆ ਲੈ ਕੇ ਫਰਾਰ ਹੋ ਗਿਆ ਯੂਪੀ ਪੁਲਿਸ ਨੇ ਉਸ ਨੂੰ ਜ਼ਿੰਦਾ ਜਾਂ ਮੁਰਦਾ ਗ੍ਰਿਫਤਾਰ ਕਰਨ ਤੇ 10,000 ਰੁਪਿਆ ਇਨਾਮ ਰੱਖਿਆ ਇਹ ਹੈ ਸਾਰਾ ਰਿਕਾਰਡ That's all, my lord. ਮੈਨੂੰ ਪੂਰਾ ਭਰੋਸਾ ਹੈ ਅੱਜ ਧਰਮਾ ਜ਼ਰੂਰ ਰਿਹਾ ਹੋ ਜਾਏਗਾ ਮੌਕਾ ਹੈ ਵਾਰਦਾਤ ਧਰਮ ਚੰਦ ਦੀ ਦਿਮਾਗੀ ਹਾਲਤ ਤੇ ਜੱਗੂ ਦਾ ਖਤਰਨਾਕ ਇਸ਼ਤਿਹਾਰੀ ਮੁਜਰਿਮ ਹੋਣਾ ਇਹ ਸਭ ਮੱਦੇਨਜ਼ਰ ਰੱਖਦਿਆਂ ਹੋਇਆ ਅਦਾਲਤ ਧਰਮ ਚੰਦ ਵਲ ਦਯਾ ਰਾਮ ਨੂੰ ਬਾਇੱਜ਼ਤ ਬਰੀ ਕਰਦੀ ਹੈ ਆਸ਼ਾ ਜੀ ਕਮਾਲ ਕਰਤੀ ਤੁਸੀਂ ਆਸ਼ਾ ਤੁਹਾਡਾ ਕਿਹੜੇ ਮੂੰਹ ਨਾਲ ਧੰਨਵਾਦ ਕਰਾਂ ਜਿਹੜੇ ਮੂੰਹ ਨਾਲ ਬੋਲ ਰਹੇ ਹੋ ਹੈ ਜਿਹੜੇ ਮੂੰਹ ਨਾਲ ਬੋਲ ਲਿਆ ਧੰਨਵਾਦ ਗੁੱਡੀ ਨੂੰ ਰਣਜੀਤ ਦੇ ਉੱਤੇ ਚੁੱਕ ਲੈ ਗਏ ਰਣਜੀਤ ਓ ਮੇਰੀ ਰਾਣੀ ਛੱਡੋ ਇਹ ਕੁੱਤਿਆ ਜ਼ਿਆਦਾ ਚਿਲਾ ਨਾ ਗਲਾ ਬੈਠ ਜਾਏਗਾ ਇੱਥੇ ਤੇਰਾ ਕਰਮੂ ਨਹੀਂ ਆ ਸਕਦਾ ਸਰਕਾਰ ਉੱਪਰ ਜਸ਼ਨ ਮਨਾ ਰਹੀ ਹੈ ਤੁਸੀਂ ਥੱਲੇ ਜਸ਼ਨ ਮਨਾਓ ਪਰ ਬਾਹਰਲਾ ਪਰਿੰਦਾ ਪਰ ਨਾ ਮਾਰੇ ਮੰਨੀ ਮਾਂ ਹੁਣ ਭੱਜ ਭੱਜਿਆ ਕਿਤੇ ਨਾਲਾ ਹੁਣ ਖੋਲ ਦਿਆਂ ਤੇਰਾ ਨਾਲਾ ਫੇਰ ਸਾਲਾ ਤੈਨੂੰ ਲੱਗੂ ਪਤਾ ਹੁਣ ਬੁਲਾ ਹੁਣ ਬੁਲੇ ਸਰਕਾਰ ਕਰਮੂ ਆ ਗਿਆ ਉਹ ਸਾਲਾ ਇੱਥੇ ਵੀ ਆ ਗਿਆ
ਮੈਂ ਪਹਿਲਾਂ ਉਹਦਾ ਹਿਸਾਬ ਚੁਕਤਾ ਕਰ ਲਾਂ, ਫਿਰ ਤੇਰਾ ਖਾਤਾ ਖੋਲਾਂਗਾ। ਲਓ ਇਹਨੂੰ ਬੰਨ ਕੇ ਸੁੱਟ ਦਿਓ। ਧਰਮਾ ਤੇ ਕਰਮਾ, ਤੁਹਾਡੇ ਦੋਵਾਂ ਨਾਲ ਤਾਂ ਬਹੁਤ ਪੁਰਾਣਾ ਹਿਸਾਬ ਕਿਤਾਬ ਨਿਬੇੜਨਾ ਹੈ। ਮੈਨੂੰ ਕਿਸੇ ਨੇ ਮਾਰਿਆ? ਹਾਂ ਮਾਰਿਆ। ਕਿੱਦਾਂ? ਚੰਗਾ ਆਇਆ ਤੁਸੀਂ ਆ ਗਏ, ਨਹੀਂ ਤੇ ਇਹਨਾਂ ਲੋਕਾਂ ਮੈਨੂੰ ਮਾਰ ਸੁੱਟਣਾ ਸੀ। ਨਹੀਂ ਪੁੱਤ, ਮੈਨੂੰ ਬਚਾ ਲਓ ਮਾਂ ਜੀ, ਮੈਂ ਸਹੁੰ ਖਾਂਦਾ ਹਾਂ, ਅੱਗੇ ਤੋਂ ਕੋਈ ਐਸਾ ਕੰਮ ਨਹੀਂ ਕਰਾਂਗਾ। ਤੁਸੀਂ ਕਹੋਗੇ ਤੇ ਮੈਂ ਪਿੰਡ ਛੱਡ ਕੇ ਚਲਾ ਜਾਵਾਂਗਾ। ਮੇਰੇ ਤੇ ਮਿਹਰ ਕਰੋ ਮਾਂ ਜੀ, ਮੈਂ ਤੁਹਾਡੇ ਪੈਰੀ ਪੈਂਦਾ ਹਾਂ। ਮੈਨੂੰ ਮਾਫ਼ ਕਰ ਦਿਓ ਮਾਂ ਜੀ,
ਮੈਂ ਸਹੁੰ ਖਾਂਦਾ ਅੱਗੇ ਤੋਂ ਬਿਲਕੁਲ ਏਦਾਂ ਨਹੀਂ ਕਰਾਂਗਾ। ਮਾਂ ਜੀ ਮੈਨੂੰ ਬਚਾ ਲਓ ਮਾਂ ਜੀ ਮੈਨੂੰ ਬਚਾ ਲਓ, ਮੈਂ ਤੁਹਾਡੇ ਪੈਰੀ ਪੈਂਦਾ ਹਾਂ, ਮੇਰੇ ਤੇ ਰਹਿਮ ਕਰੋ ਮਾਂ ਜੀ। ਨਹੀਂ ਪੁੱਤਰ, ਹੁਣ ਤੈਨੂੰ ਕੋਈ ਨਹੀਂ ਮਾਰੇਗਾ। ਖਬਰਦਾਰ, ਜੇ ਕੋਈ ਆਪਣੀ ਜਗ੍ਹਾ ਤੋਂ ਹਿੱਲਿਆ ਤੇ। ਅਗਰ ਕਿਸੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤੇ ਬੁੱਢੀ ਨੂੰ ਥਾਂ ਹੀ ਭੁੰਨ ਦਿਆਂਗਾ। ਅੱਗੇ ਨਾ ਵਧੀ, ਮੈਨੂੰ ਮਰ ਚੜ ਦੇ, ਅੱਗੇ ਨਾ ਵਧੀ ਧਰਮੇ। ਤੂੰ ਕੀ ਕੀਤਾ ਮਾਂ? ਮਰ ਜਾਣ ਦਿਓ ਮੈਨੂੰ, ਮਰ ਜਾਣ ਦਿਓ। ਨਹੀਂ ਮਾਂ ਨਹੀਂ, ਇਦਾਂ ਨਾ ਬੋਲ ਮਾਂ। ਪਰ ਆਪਣੀ ਦੁਸ਼ਮਣੀ ਨੂੰ ਮੇਰੇ ਲਹੂ ਨਾਲ ਧੋ ਦਿਓ ਪੁੱਤਰ। ਨਹੀਂ ਮਾਂ, ਨਹੀਂ 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 ਮਾਂ, ਨਹੀਂ। ਸਰਕਾਰ ਜੀ, ਮੈਂ ਕਿਹਾ ਗਵਰਨਮੈਂਟ ਜੀ, ਅਸਲੀ ਪੁਆੜੇ ਨਹੀਂ ਜੜੇ ਆ, ਲੈ ਜਾਓ ਇਹਨੂੰ, ਗ੍ਰਿਫਤਾਰ ਕਰ ਲਓ ਇਹਨਾਂ ਨੂੰ। ਕੀ ਹੋਇਆ? ਕੁਛ ਨਹੀਂ ਪੁੱਤਰ, ਇੱਕ ਮਾਂ ਨੇ ਬੱਚਿਆਂ ਦੀ ਦੁਸ਼ਮਣੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਤੂੰ ਠੀਕ ਤਾਂ ਨਾ? ਚਲੇ ਵੇ ਚਲੇ, ਹੁਣ ਅਸੀਂ ਦੂਜੇ ਪਿੰਡ ਜਾਵਾਂਗੇ।